ਹਾਜ਼ਰ ਚੰਚਦਾ ਵਿਚਾਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾ ਸਵਰਨ ਸਿੰਘ ਕਹਿਣਾ ਤੁਸੀਂ ਦੇਖ ਰਹੇ ਹੋ ਪ੍ਰਾਈਮੇਅਰ ਸ਼ਾ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜਦਾ ਵਿਚਾਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਬਹੁਤ ਸਾਰੀਆਂ ਖਬਰਾਂ ਨਹੀਂ ਬਹੁਤ ਕੁਝ ਸਾਂਝਾ ਕਰਨਾ ਬਣਦਾ ਪਰ ਕਿਉਂਕਿ ਅੱਜ ਕੱਲ ਅਸੀਂ ਇਹਨਾਂ ਦਿਨਾਂ ਦੇ ਵਿੱਚ ਉਹ ਕੁਝ ਮਹਿਸੂਸ ਕਰਦੇ ਜੋ ਕੁਝ ਕਈ ਸਦੀਆਂ ਪਹਿਲਾਂ ਗੁਰੂ ਸਾਹਿਬ ਨੇ ਆਪਣੇ ਪਿੰਡੇ ਦੇ ਉੱਤੇ ਹੰਡਾਇਆ ਉਹ ਪੋਹ ਦੀਆਂ ਰਾਤਾਂ ਉਹ ਸਾਰਾ ਵਿਛੋੜਾ ਉਹ ਸਾਬਜ਼ਾਦਿਆਂ ਦੀ ਸ਼ਹਾਦਤ ਉਹ ਮਾਤਾ ਗੁਜਰੀ ਦੀ ਸ਼ਹਾਦਤ ਉਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਉਹ ਹਰ ਇੱਕ ਦੇ ਮਨ ਨੂੰ ਪ੍ਰਸੀਜ ਕੇ ਜਾਂਦੀਆਂ ਉਹ ਹਰ ਇੱਕ ਦੇ ਮਨ ਦੇ ਉੱਤੇ ਸੱਟ ਮਾਰਨ ਵਾਲੀ ਗੱਲ ਹੈ ਜਦੋਂ ਅਸੀਂ ਅਤੀਤ ਦੇ ਵੱਲ ਝਾਤ ਮਾਰਦੇ ਹਾਂ ਤਾਂ ਸਾਨੂੰ ਬਹੁਤ ਕੁਝ ਚੇਤੇ ਆਉਂਦਾ ਇਹ ਚੇਤੇ ਆਉਣਾ ਸੁਭਾਵਿਕ ਵੀ ਆ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਰਾਡ ਸੇਰਾ ਮੰਨਦੇ ਆ ਮਾਰਗਦਰਸ਼ਕ ਮੰਨਦੇ ਆ ਉਹਨਾਂ ਨੂੰ ਆਪਣੇ ਪਿਤਾ ਦਾ ਦਰਜਾ ਦਿੰਨੇ ਆ ਇਸ ਕਰਕੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਸਾਰੇ ਹੀ ਪੰਜਾਬੀਆਂ ਜਿਹੜੇ ਉਹ ਭਾਵ ਵਿਪੋਰ ਹੁੰਨੇ ਆ ਤੇ ਅੱਜ ਅੱਲਾ ਯਾਰਖਾ ਜੋਗੀ ਦੀਆਂ ਕੁਝ 17 ਜਿਹੜੀਆਂ ਉਹ ਚੇਤੇ ਆਉਂਦੀਆਂ ਕਿ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਤਾਰੀਫ ਗੁਰੂ ਗੋਬਿੰਦ ਕੀ ਉਹ ਕਮ ਹੈ ਸੋ ਇਹ 17 ਜਿਹੜੀਆਂ ਉਹ ਦੱਸਣ ਦੇ ਲਈ ਕਾਫੀ ਆ ਕਿ ਭਾਈ ਕਿੰਨੀ ਵੱਡੀ ਕੁਰਬਾਨੀ ਆ ਤੇ ਜਿੰਨੀਆਂ ਮਰਜ਼ੀ ਸਿੱਤਾਂ ਕਰ ਗਏ ਤੇ ਉਹ ਥੋੜੀਆਂ ਸੋ ਇਹਨਾਂ ਦਿਨਾਂ ਦੇ ਵਿੱਚ ਆਓ ਆਪਾਂ ਨਾਮ ਸਿਮਰਨ ਵੀ ਕਰਗੇ ਆਓ ਆਪਾਂ ਸਾਦੀ ਜ਼ਿੰਦਗੀ ਵੀ ਜਾਈਏ ਆਓ ਆਪਾਂ ਹੁੱਲੜਬਾਜ਼ੀ ਨਾ ਕਰਕੇ ਆਓ ਆਪਾਂ ਡੀਜੇ ਦੇ ਉੱਤੇ ਨਾ ਨੱਚੀਏ ਆਓ ਆਪਾਂ ਕੋਈ ਇਹੋ ਜਿਹਾਂ ਹੋਛੀਆਂ ਹਰਕਤਾਂ ਨਾ ਕਰਕੇ ਜਿਹੜੀਆਂ ਕਿ ਕਈ ਵਾਰ ਸਾਡੇ ਵਿੱਚੋਂ ਕਈ ਥਾਵਾਂ ਤੇ ਕਰ ਜਾਂਦੇ ਆ ਆਪਾਂ ਇਹਨਾਂ ਦਿਨਾਂ ਦੀ ਅਹਿਮੀਅਤ ਨੂੰ ਸਮਝੀਏ ਇਹਨਾਂ ਦਿਨਾਂ ਦੀ ਮਹੱਤਤਾ ਨੂੰ ਸਮਝੀਏ ਸਾਡੇ ਉੱਤੇ ਸਾਡੇ ਵੱਡਿਆਂ ਦੇ ਉੱਤੇ ਲੰਗੇ ਵੇਲੇ ਦੇ ਵਿੱਚ ਕੀ ਕੁਝ ਹੋਇਆ ਵਾਪਰਿਆ ਇਹਨੂੰ ਸਮਝਣ ਦੀ ਕੋਸ਼ਿਸ਼ ਕਰਗੇ ਪਹਿਲਾਂ ਕਰਦੇ ਹਰਮਨਜੀਤ ਦਾ ਸਵਾਗਤ ਤੇ ਫਿਰ ਅਗਲੀ ਗੱਲਬਾਤ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਕੀ ਹਾਲ ਚਾਲ ਬਹੁਤ ਵਧੀਆ ਚੜ੍ਹਦੀ ਕਲਾ ਆਪਾਂ ਮੌਸਮ ਦੀ ਹਾਲ ਬਿਆਨ ਵੀ ਕਰ ਲਈਏ ਦੇਖੋ ਪੰਜਾਬ ਦੇ ਵਿੱਚ ਹਰਮਨਜੀਤ ਮੌਸਮਾ ਜਿਹੜਾ ਉਹ ਬਹੁਤ ਠੰਡਾ ਹੋ ਗਿਆ ਜੀ ਆ ਹੁਣ ਮੈਂ ਖਬਰ ਪੜ ਕੇ ਹਟਿਆ ਹਿਮਾਚਲ ਪ੍ਰਦੇਸ਼ ਦੇ ਵੱਲ ਬਰਫਬਾਰੀ ਹੋ ਗਈ ਹੈ ਤੇ ਨਵਾਂ ਵਰਾ ਬਣਾਉਣ ਵਾਸਤੇ ਉੱਥੇ ਹੋਟਲ ਇੰਨੇ ਜ਼ਿਆਦਾ ਬੁੱਕ ਹੋ ਗਏ ਆ ਵੀ ਪੁੱਛੋ ਹੀ ਕੁਝ ਨਾ ਤੇ ਪੰਜਾਬ ਦੇ ਵਿੱਚ ਵੀ ਧੁੰਦ ਦਾ ਪੂਰਾ ਕਹਿਰ ਆ ਧੁੰਦ ਹੁਣ ਪਤਾ ਲੱਗਦਾ ਠੰਡ ਕੀ ਆ ਇਹਦਾ ਹੁਣ ਪਤਾ ਲੱਗਣਾ ਸ਼ੁਰੂ ਹੋਇਆ ਇਹਨਾਂ ਪੋਹ ਦੀਆਂ ਰਾਤਾਂ ਦੇ ਵਿੱਚ ਪਤਾ ਲੱਗਦਾ ਵੀ ਭਾਈ ਠੰਡ ਕੀ ਹੁੰਦੀ ਆ ਤੇ ਚੀਰਦੀ ਕਿਵੇਂ ਜਾਂਦੀ ਆ ਸੋ ਦਿਨ ਦੇ ਵੇਲੇ ਸੋਹਣੀ ਧੁੱਪ ਨਿਕਲਦੀ ਆ ਰਾਤ ਦੇ ਵੇਲੇ 18 ਵਰੀ ਜਾਂਦੀ ਹੈ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਇਵੇਂ ਹੀ ਰਹਿਣਾ ਜੀ ਬਿਲਕੁਲ ਔਰ ਕਹਿੰਦੇ ਕਿ 30 ਤਰੀਕ ਦੇ ਨੇੜੇ ਤੇੜੇ ਸ਼ਾਇਦ ਮੀਂਹ ਪੈ ਜਾਵੇ ਇਹ ਭਵਿੱਖਬਾਣੀ ਕੀਤੀ ਜਾ ਰਹੀ ਹੈ ਬਾਕੀ ਸਮਾਂ ਦੱਸੂਗਾ ਕੀ ਹੁੰਦਾ ਪਰ ਠੰਡ ਬਹੁਤ ਠੰਡ ਦੇ ਵਿੱਚ ਲੰਘੇ ਕੱਲ ਬੂੰਦਾਬੰਦੀ ਹੋਗੀ ਆ ਜੀ ਬਿਲਕੁਲ ਸਹੀ ਪਰ ਜੇ ਜਲੰਧਰ ਦੀ ਆਪਾਂ ਗੱਲ ਕਰੀ ਤਾਂ ਅੱਜ ਜਲੰਧਰ ਦੇ ਵਿੱਚ ਬਹੁਤ ਸੰਘਣੀ ਧੁੰਦ ਰਹੀ ਆ ਸਵੇਰੇ ਸੋ ਖੈਰ ਵੇਖਦੇ ਹਾਂ ਕਿ ਮੌਸਮ ਹੋਰ ਕਿਹੜੀ-ਕਿਹੜੀ ਕਰਵਟ ਬਦਲਦਾ ਤੇ ਜਿਹੜੀ ਗੱਲ ਤੁਸੀਂ ਸ਼ੁਰੂਆਤ ਦੇ ਵਿੱਚ ਕੀਤੀ ਪਰ ਪੜੀਆਂ ਮਨ ਭਾਵਕ ਹੋ ਗਿਆ ਤੇ ਸੋਚਿਆ ਵੀ ਉਹ ਵੀ ਆਪਣੇ ਪਰਿਵਾਰਕ ਜੀਆਂ ਦੇ ਨਾਲ ਜ਼ਰੂਰ ਸਾਂਝੀਆਂ ਕਰੀਏ ਕਹਿੰਦੇ ਕੰਧਾਂ ਅੰਦਰ ਬੋਲ ਰਹੇ ਜੈਕਾਰੇ ਦੱਸਦੇ ਸੀ ਹੂੰ ਕੰਧਾਂ ਅੰਦਰ ਬੋਲ ਰਹੇ ਜੈਕਾਰੇ ਦੱਸਦੇ ਸੀ ਨਿੱਕੇ ਨਿੱਕੇ ਬਾਲ ਵੀ ਰਤਬਾ ਵੱਡਾ ਰੱਖਦੇ ਸੀ ਵਾਹ ਬਹੁਤ ਵੱਡੀ ਗੱਲ ਜਿਨੇ ਵੀ ਲਿਖੀਆਂ ਬਹੁਤ ਖੂਬਸੂਰਤ ਸਤਰਾਂ ਲਿਖੀਆਂ ਬਹੁਤ ਵੱਡੀ ਗੱਲ ਲਿਖੀ ਆ ਕਿਉਂਕਿ ਨਿੱਕੇ ਨਿੱਕੇ ਬਾਲ ਅਸੀਂ ਅੱਜ ਕੱਲ ਆਪਣੇ ਬਾਲਾਂ ਨੂੰ ਕੀ ਕਹਿੰਦੇ ਆ ਇਹ ਨਹੀਂ ਰਜਾਈ ਚੋਂ ਨਹੀਂ ਕੱਢਦੇ ਠੰਡ ਨਾ ਲੱਗ ਜਾਏ ਠੰਡ ਨਾ ਲੱਗ ਜਾਏ ਅਸੀਂ ਕੋਲੇ ਹੀਟਰ ਬਾਲ ਕੇ ਰੱਖਦੇ ਆ ਅਸੀਂ ਇਹ ਗੱਲ ਕਹਿੰਦੇ ਵੀ ਭਾਈ ਪੂਰੇ ਕੱਪੜਿਆਂ ਤੋਂ ਬਿਨਾ ਮੰਜੇ 'ਤੇ ਪੈਰ ਨਹੀਂ ਲਾਉਣਾ ਹੂੰ ਇੰਨੀ ਵੱਡ ਤੱਕ ਨਹੀਂ ਜਾਣਾ 4 ਫੁੱਟ ਤੱਕ ਪਰ ਉਹਨਾਂ ਬੱਚਿਆਂ ਦਾ ਉਹਨਾਂ ਸਹਬਜ਼ਾਦਿਆਂ ਦਾ ਛੋਟੇ ਸਹਬਜ਼ਾਦਿਆਂ ਦਾ ਜੀਰਾਂ ਦੇਖੋ ਜਿਹੜੇ ਨੀਆਂ ਦੇ ਵਿੱਚ ਖੜੇ ਆ ਤੇ ਜਕਾਰੇ ਲਾਉਂਦੇ ਸ਼ਹਾਦਤ ਪ੍ਰਾਪਤ ਕਰ ਗਏ ਆ ਬਿਲਕੁਲ ਸਹੀ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਆ ਜੀ ਉਹਨਾਂ ਨੇ ਈਨ ਨਹੀਂ ਮੰਨੀ ਹੂੰ ਤੇ ਜਦੋਂ ਉਹ ਸਮੇਂ ਨੂੰ ਚੇਤੇ ਕਰਦੇ ਆ ਮੇਰਾ ਛੱਲਾ ਵੀ ਉਦੋਂ ਅੰਦਰਾ ਤੱਕ ਖੋਲਦਾ ਵੀ ਆ ਤੇ ਅੰਦਰਾ ਰੋਂਦਾ ਵੀ ਆ ਜੀ ਬਿਲਕੁਲ ਆ ਇਸ ਮੌਕੇ ਦੇ ਉੱਪਰ ਨਾ ਟੜਾ ਸਾਹਿਬ ਉਹ ਜਿਹੜੇ ਗੀਤਾਂ ਦੇ ਕੁਝ ਇੱਕ ਬੋਲ ਉਹ ਵੀ ਤੁਹਾਡੇ ਜ਼ਿਹਨ ਦੇ ਵਿੱਚ ਘੁੰਮਣ ਲੱਗ ਜਾਂਦੇ ਨੇ ਹਰ ਭਜਨ ਮਾਨ ਹੋਰਾਂ ਦਾ ਬਹੁਤ ਖੂਬਸੂਰਤ ਉਹ ਗੀਤਾ ਵੀ ਸਿੱਖੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਓ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜਨਾ ਪਊਗਾ ਸਾਨੂੰ ਦੱਸਣਾ ਪਊਗਾ ਉਹਨਾਂ ਨੂੰ ਕਿ ਸਾਡੇ ਇਤਿਹਾਸ ਦੇ ਵਿੱਚ ਸਾਡਾ ਇਤਿਹਾਸ ਹੈ ਕਿੰਨਾ ਅਮੀਰ ਕੀ ਕੀ ਕੁਝ ਵਾਪਰਿਆ ਅਸੀਂ ਪਿੰਡੇ ਤੇ ਕੀ ਕੀ ਕੁਝ ਹੰਡਾਇਆ ਜਿਸ ਤੋਂ ਬਾਅਦ ਅੱਜ ਸੁੱਖ ਦਾ ਸਾਹ ਜਿਹੜਾ ਖੁੱਲਾ ਸਾਹ ਅਸੀਂ ਖੁੱਲੀ ਹਵਾ ਦੇ ਵਿੱਚ ਲੈ ਪਾ ਰਹੇ ਆ ਉਹ ਤਾਂ ਹੀ ਲੈ ਪਾ ਰਹੇ ਆ ਕਿਉਂਕਿ ਉਦੋਂ ਸ਼ਹਾਦਤਾਂ ਹੋਈਆਂ ਇਤਿਹਾਸ ਦੇ ਵਿੱਚ ਬਹੁਤ ਕੁਝ ਹੰਡਾਇਆ ਗਿਆ ਬਹੁਤ ਕੁਝ ਆਪਣੇ ਉੱਪਰ ਸਹਿਨ ਕੀਤਾ ਸੋ ਇਹ ਗੱਲਾਂ ਬੱਚਿਆਂ ਨੂੰ ਦੱਸਣੀਆਂ ਪੈਣਗੀਆਂ ਤਾਂ ਹੀ ਇਹ ਗੱਲਾਂ ਅੱਗੇ ਵਧਣਗੀਆਂ ਇਤਿਹਾਸ ਰਚਦੇ ਵੀ ਉਹ ਆ ਜਿਨ੍ਹਾਂ ਨੇ ਇਤਿਹਾਸ ਰਚਣ ਵਾਲਿਆਂ ਨੂੰ ਪੜ੍ਹਿਆ ਹੁੰਦਾ ਜੀ ਜਿਨ੍ਹਾਂ ਨੇ ਇਤਿਹਾਸ ਨੂੰ ਪੜ੍ਹਿਆ ਹੁੰਦਾ ਇਤਿਹਾਸ ਰਚਣ ਦੀ ਕੋਸ਼ਿਸ਼ ਵੀ ਉਹ ਕਰ ਸਕਦੇ ਸਫਲ ਵੀ ਹੋਈ ਹੁੰਦੇ ਤੇ ਜੇ ਕਿਸੇ ਨੇ ਇਤਿਹਾਸ ਪੜ੍ਹਿਆ ਹੀ ਨਹੀਂ ਸਾਨੂੰ ਆਪਣੇ ਅਤੀਤ ਬਾਰੇ ਪਤਾ ਹੀ ਨਹੀਂ ਤੇ ਅਸੀਂ ਆਪਣੇ ਰਾਪ ਦੇ ਵਿੱਚ ਹੀ ਫਿਰਦੇ ਕਿ ਮੈਂ ਬਹੁਤ ਤਕੜੀ ਚੀਜ਼ ਆ ਤੇ ਫਿਰ ਭਾਈ ਕੁਝ ਨਹੀਂ ਹੁੰਦਾ ਰੋ ਬਿਲਕੁਲ ਕੋਈ ਆਪਾਂ ਨੂੰ ਹੋਰ ਵੀ ਤਕੜੀ ਚੀਜ਼ ਮੰਨੇ ਗੱਲ ਤਾਂ ਇਹ ਆ ਨਾ ਆਪਣੇ ਆਪ ਦੇ ਵਿੱਚ ਹੀ ਜੇ ਇਸ ਕਰਕੇ ਆਜੋ ਆਪਾਂ ਕਿਤਾਬਾਂ ਪੜ੍ਹ ਗਏ ਅਸੀਂ ਇਤਿਹਾਸ ਨੂੰ ਪੜ੍ਹ ਗਏ ਸੇਕ ਇਤਿਹਾਸ ਦੀਆਂ ਕਿਤਾਬਾਂ ਦੇ ਬਾਰੇ ਜਾਣੀਏ ਜੀ ਅਤੀਤ ਦੇ ਵਿੱਚ ਸਾਡੇ ਉੱਤੇ ਕੀ ਕੁਝ ਹੋਇਆ ਵਾਪਰਿਆ ਇਹਦੇ ਬਾਰੇ ਵੀ ਜਾਣੀਏ ਪੰਜਾਬ ਬਾਰੇ ਜਾਣੀਏ ਦੇਸ਼ ਬਾਰੇ ਜਾਣੀਏ ਆਜ਼ਾਦੀ ਬਾਰੇ ਜਾਣੀਏ ਸਭ ਕੁਝ ਬਾਰੇ ਜਾਣੀਏ ਅਸੀਂ ਘੱਟ ਪੜਦੇ ਹਾਂ ਇਸ ਕਰਕੇ ਅਸੀਂ ਵੱਧ ਲੜਦੇ ਹਾਂ ਜੀ ਬਿਲਕੁਲ ਸਹੀ ਇਸ ਕਰਕੇ ਅਸੀਂ ਵੱਧ ਭਿੜਦੇ ਹਾਂ ਛੇਤੀ ਛੇਤੀ ਅਸੀਂ ਭੜਕਣ ਲੱਗ ਪੈਨੇ ਆ ਜਿਹੜਾ ਬੰਦਾ ਬਹੁਤ ਪੜਦਾ ਨਾ ਉਹਦੇ ਤਜਰਬੇ ਦੇ ਵਿੱਚ ਇਹਨਾਂ ਵਾਧਾ ਹੋ ਜਾਂਦਾ ਹੂੰ ਵੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਠੀਕ ਆ ਬਿਲਕੁਲ ਸਹੀ ਗਲਤ ਜ਼ਿੰਦਗੀ ਜਿਉਣ ਦਾ ਤਜਰਬਾ ਹੀ ਹੈ ਨਾ ਹੋਰ ਤਾਂ ਕੁਛ ਨਹੀਂ ਜੀ ਕੋਈ ਇਹ ਤਾਂ ਹੈ ਨਹੀਂ ਵੀ ਇੱਥੋਂ ਸ਼ੀਲਡ ਮਿਲ ਗਈ ਇੱਥੋਂ ਮਿਲ ਗਈ ਜ਼ਿੰਦਗੀ ਜਿਉਣ ਦੇ ਤਜਰਬੇ ਦੇ ਵਿੱਚ ਵਾਅਦਾ ਕਰਦੀਆਂ ਖਤਾਬਾ ਜੀ ਬਿਲਕੁਲ ਲੋ ਆ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ ਟਣਾ ਸਾਹਿਬ ਆਪਾਂ ਇਤਿਹਾਸ ਦੀ ਗੱਲ ਕਰ ਰਹੇ ਸੀ ਪਤਾ ਨਹੀਂ ਕਿ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਮੇਰੀ ਇਸ ਗੱਲ ਨਾਲ ਵੈਸੇ ਸਹਿਮਤ ਵੀ ਹੋਣਗੇ ਤੁਸੀਂ ਵੀ ਸਹਿਮਤ ਹੋਵੋਗੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਇਤਿਹਾਸ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਇਤਿਹਾਸ ਨਾਲ ਜੁੜੀਆਂ ਹੋਈਆਂ ਇਮਾਰਤਾਂ ਨੇ ਇਤਿਹਾਸ ਨਾਲ ਜੁੜਿਆ ਹੋਇਆ ਕੁਝ ਵੀ ਕੋਈ ਵੀ ਸਮਾਨ ਹੈ ਉਹਨੂੰ ਜਿਉਂ ਦਾ ਤਿਉਂ ਰੱਖਣਾ ਚਾਹੀਦਾ ਹੈ ਜਿਉਂ ਤਿਉਂ ਸੰਭਾਲ ਕੇ ਰੱਖਣਾ ਚਾਹੀਦਾ ਹੈ ਬਿਲਕੁਲ ਸਹੀ ਕਿਉਂਕਿ ਜਦੋਂ ਤੁਸੀਂ ਉਹਨਾਂ ਚੀਜ਼ਾਂ ਨੂੰ ਆਪਣੇ ਅੱਖੀਂ ਵੇਖਦੇ ਹੋ ਨਾ ਆਪਣਾ ਹੱਥ ਲਾ ਕੇ ਤੁਸੀਂ ਉਹ ਸਥਾਨ ਨੂੰ ਮਹਿਸੂਸ ਕਰਦੇ ਹੋ ਤਾਂ ਆਪਣੇ ਆਪ ਹੀ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਮਨ 'ਚ ਆਉਣ ਲੱਗ ਜਾਂਦੀਆਂ ਨੇ ਜੀ ਬਿਲਕੁਲ ਇੱਕ ਗੰਡਾ ਖੜਾ ਹੁੰਦਾ ਜੀ ਬਿਲਕੁਲ ਜੇ ਅੱਜ ਆਪਾਂ ਕਿਸੇ ਵੀ ਇਤਿਹਾਸਕ ਇਮਾਰਤ ਦੇ ਵੱਲ ਜਾਈਏ ਜਿਹੜੀ ਕਿ ਸਦੀਆਂ ਪੁਰਾਣੀ ਆ ਜਿਹਦੇ ਨਾਲ ਇਤਿਹਾਸ ਜੁੜਿਆ ਹੋਇਆ ਹਮ ਕੋਈ ਵੀ ਇਤਿਹਾਸ ਦਾ ਪੰਨਾ ਜੁੜਿਆ ਹੋਇਆ ਤੇ ਉਸ ਇਮਾਰਤ ਨੂੰ ਉਸ ਕੰਧ ਨੂੰ ਉਸ ਦੇਹਲੀ ਨੂੰ ਹੱਥ ਲਾ ਕੇ ਇਉ ਮਹਿਸੂਸ ਹੁੰਦਾ ਵੀ ਅਸੀਂ ਉਸ ਵੇਲੇ ਦੇ ਵਿੱਚ ਵਿਚਰ ਰਹੇ ਹਾਂ ਜੀ ਬਿਲਕੁਲ ਹੁਣ ਤੁਸੀਂ ਦੇਖੋ ਵੀ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਆਜ਼ਾਦੀ ਦੇ ਪਰਵਾਨੇ ਆ ਉਹਨਾਂ ਦੇ ਜਿਹੜੇ ਘਰ ਆ ਜਿੱਥੇ ਬੈਠ ਕੇ ਰੋਟੀ ਖਾਂਦੇ ਰਹੇ ਆ ਜਿੱਥੇ ਉਹ ਜ਼ਿੰਦਗੀ ਜਿਉਂਦੇ ਰਹੇ ਆ ਉਹਨਾਂ ਦੀਆਂ ਕੰਧਾਂ ਨੂੰ ਜੇ ਹੱਥ ਲੱਗੇ ਤਾਂ ਇਉ ਮਹਿਸੂਸ ਹੁੰਦਾ ਵੀ ਯਾਰ ਇੱਥੇ ਭਗਤ ਸਿੰਘ ਦੇ ਵੀ ਹੱਥ ਲੱਗੇ ਹੋਣਗੇ ਬਿਲਕੁਲ ਸਹੀ ਇੱਥੇ ਯਾਰ ਕਰਤਾਰ ਸਿੰਘ ਸਰਾਭਾ ਦੇ ਵੀ ਹੱਥ ਲੱਗੇ ਹੋਣਗੇ ਜਨਾਬ ਸਾਹਿਬ ਤੁਹਾਡੀ ਇਸ ਗੱਲ ਦੇ ਨਾਲ ਹੀ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਜਦੋਂ ਤੁਹਾਨੂੰ ਯਾਦ ਹੋਊਗਾ ਆਪਾਂ ਇੰਗਲੈਂਡ ਤਾਂ ਮੈਂ ਉਸ ਕੰਧ ਨੂੰ ਹੱਥ ਲਾ ਕੇ ਬਹੁਤ ਭਾਵੁਕ ਹੋਈ ਸੀ ਹੂੰ ਕਿਉਂਕਿ ਉਹ ਜਿਉਂ ਦੀ ਤਿਉਂ ਵੀ ਇਮਾਰਤ ਹੈ ਉਹਦਾ ਜੀ ਉਹ ਇਮਾਰਤ ਜਿਉਂ ਦੀ ਤਿਉਂ ਉਵੇਂ ਹੀ ਹੈ ਉਹਦੇ ਚ ਕੁਝ ਵੀ ਬਦਲਾਅ ਨਹੀਂ ਹੋਇਆ ਤੇ ਮੇਰੇ ਜ਼ਿਹਨ ਦੇ ਵਿੱਚ ਵਾਰ-ਵਾਰ ਇਹ ਗੱਲ ਆ ਰਹੀ ਸੀ ਕਿ ਜਿਹੜੀ ਕੰਦ ਨੂੰ ਮੈਂ ਹੱਥ ਲਾ ਰਹੀ ਆ ਇਹਨੂੰ ਤਾਂ ਕਦੀ ਉਹਨਾਂ ਨੇ ਵੀ ਹੱਥ ਲਾਇਆ ਹੋਊਗਾ ਨਾ ਇਹ ਇਹ ਜਿਹੜੀ ਇਮਾਰਤ ਹੈ ਇਹ ਉਹ ਸਭ ਕੁਝ ਦੀ ਗਵਾਹੀ ਭਰ ਰਹੀ ਹੈ ਹਨਾ ਤੇ ਜਦੋਂ ਤੁਸੀਂ ਇਸ ਤਰੀਕੇ ਨਾਲ ਮਹਿਸੂਸ ਕਰਦੇ ਹੋ ਮੈਨੂੰ ਲੱਗਦਾ ਤੁਹਾਡਾ ਜੁੜਾਅ ਵੱਧ ਹੁੰਦਾ ਹੈ ਇਤਿਹਾਸ ਨਾਲ ਆਪਣੇ ਜਿਹੜੇ ਇਤਿਹਾਸ ਦੇ ਸਾਡੇ ਯੋਧੇ ਨੇ ਨਾਇਕ ਨੇ ਉਹਨਾਂ ਦੇ ਨਾਲ ਤੁਹਾਡਾ ਜੁੜਾਅ ਜਿਹੜਾ ਉਹ ਵੱਧ ਹੁੰਦਾ ਹੈ ਹਨਾ ਸੋ ਇਸ ਲਈ ਹਰ ਹਾਂ ਦੇ ਉੱਪਰ ਸੰਗ ਮਰਮਰ ਲਾ ਲਾ ਕੇ ਹਰ ਥਾਂ ਤੇ ਨਵੀਨੀਕਰਨ ਕਰਕੇ ਮੈਨੂੰ ਲੱਗਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਕਿਉਂਕਿ ਕੱਲ ਨੂੰ ਸਾਡੀਆਂ ਪੀੜ੍ਹੀਆਂ ਸਵਾਲ ਕਰਨਗੀਆਂ ਵੀ ਤੁਸੀਂ ਕਹਿੰਦੇ ਸੀ ਐ ਹੋਇਆ ਸਬੂਤ ਦਿਖਾਓ ਤੁਸੀਂ ਦੇਖੋ ਜਲਿਆਂ ਵਾਲੇ ਬਾਗ ਦੀ ਗੱਲ ਕਰ ਲਓ ਜਲਿਆਂ ਵਾਲੇ ਬਾਗ ਦੇ ਵਿੱਚ ਨਵੀਨੀ ਕਰਨ ਦੇ ਨਾਂ ਦੇ ਉੱਤੇ ਕੀ ਕੀ ਕੁਝ ਕਰ ਦਿੱਤਾ ਗਿਆ ਉਹ ਹੁਣ ਪਿਕਨਿਕ ਸਪੌਟ ਬਣ ਗਿਆ ਵੀ ਇੱਥੇ ਪਿਕਨਿਕ ਲਈ ਆਏ ਆ ਹਾਸਾ ਠੱਠਾ ਕੀਤਾ ਤਸਵੀਰਾਂ ਖਿਚਵਾਈਆਂ ਉੱਥੇ ਜਾ ਕੇ ਕਿੰਨੇ ਕੁ ਲੋਕ ਆ ਜਿਹੜੇ ਇਸ ਗੱਲ ਨੂੰ ਚਿਤਵਦੇ ਆ ਵੀ ਐਸ ਖੂ ਦੇ ਵਿੱਚ ਛਾਲਾਂ ਵੀ ਮਾਰੀਆਂ ਜਾਣ ਬਚਾਉਣ ਦੇ ਲਈ ਐਸ ਥਾਂ ਦੇ ਉੱਤੇ ਗੋਲੀ ਵੀ ਚੱਲੀ ਆ ਉਹ ਬਣਾਈ ਹੋਰ ਕੁਝ ਦਿੱਤਾ ਬਿਲਕੁਲ ਉਹਦੇ ਵਿੱਚੋਂ ਉਹ ਇਤਿਹਾਸਿਕ ਅਹਿਮੀਅਤ ਹੀ ਖਤਮ ਕਰਦੀ ਐ ਸੋ ਉਸੇ ਤਰੀਕੇ ਦੇ ਨਾਲ ਬਹੁਤ ਸਾਰੇ ਗੁਰੂ ਘਰ ਵੀ ਆ ਹੂੰ ਬਹੁਤ ਸਾਰੀਆਂ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਥਾਵਾਂ ਵੀ ਆ ਜੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਬੰਧਿਤ ਥਾਵਾਂ ਹਰ ਥਾਂ ਜਿਹੜੀ ਥੋੜੀ ਜੀ ਜਦੋਂ ਇਮਾਰਤ ਖਰਾਬ ਹੁੰਦੀ ਆ ਚਾਹੀਦਾ ਤਾਂ ਇਹ ਆ ਕੋਡਾ ਸਰੂਪ ਹੋਵੇਂ ਰੱਖਿਆ ਜਾਵੇ ਉਹਨੂੰ ਤਕਨੀਕ ਦੇ ਮਾਧਮ ਦੇ ਰਾਹੀਂ ਉਸੇ ਸਰੂਪ ਦੇ ਵਿੱਚ ਰੱਖ ਕੇ ਤੇ ਸਹੀ ਕੀਤਾ ਜਾਵੇ ਤੰਦਰੁਸਤ ਕੀਤਾ ਜਾਵੇ ਬਿਲਕੁਲ ਸਹੀ ਹੈ ਤੁਸੀਂ ਪਰ ਮੁਟਾ ਕੇ ਹਾਂ ਤੇ ਅਖੇ ਜੀ ਨਵਾਂ ਸੀ ਫਲਾਣੀ ਚੀਜ਼ ਖੜੀ ਕਰਤੀ ਆ ਉਹਦੇ ਵਿੱਚੋਂ ਉਹਦੀ ਮੂਲ ਰੰਗ ਤਾਂ ਖਤਮ ਕਰ ਦਿੰਦੇ ਆ ਬਿਲਕੁਲ ਸਹੀ ਟਾਣਾ ਸਭ ਤੁਸੀਂ ਵੇਖੋ ਕਿ ਜੇ ਸ਼ੇਕਸਪੀਅਰ ਦਾ ਘਰ ਜਿੱਥੇ ਉਹ ਪੈਦਾ ਹੋਇਆ ਉਹਦਾ ਸਕੂਲ ਜਿੱਥੇ ਉਹ ਪੜਦਾ ਰਿਹਾ ਉਹਦੇ ਨਾਨਕਿਆਂ ਦਾ ਘਰ ਜਿੱਥੇ ਉਹ ਆਦਾ ਜਾਂਦਾ ਰਿਹਾ ਜੇ ਉਹ ਜਿਉਂਦਾ ਤਿਉਹ ਸਭ ਕੁਝ ਸਾਂਭਿਆ ਜਾ ਸਕਦਾ ਹੈ ਗੋਰਿਆਂ ਦੇ ਵੱਲੋਂ ਤਾਂ ਅਸੀਂ ਕਿਉਂ ਨਹੀਂ ਸਾਂਭ ਸਕਦੇ ਬਈ ਤੁਸੀਂ ਵੇਖੋ ਕਿ ਕਿੱਡੀ ਵੱਡੀ ਚੀਜ਼ ਆ ਇਹ ਕਿ ਅਸੀਂ ਉਹਨਾਂ ਉਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਅਸੀਂ ਉਹਨਾਂ ਨੂੰ ਜਿਹੜੀਆਂ ਕੁਝ ਕਥਾਵਾਂ ਇਹ ਹੋਈਆਂ ਨੇ ਜਿਹੜੀਆਂ ਅੱਜ ਵੀ ਧਿਆਨ ਮੰਗਦੀਆਂ ਨੇ ਉਹਨਾਂ ਵੱਲ ਧਿਆਨ ਨਹੀਂ ਕਿਸੇ ਦਾ ਉਹ ਜਉਂਦੀਆਂ ਤਿਉਹ ਢੇਢੇਰੀ ਹੋ ਰਹੀਆਂ ਨੇ ਹਨਾ ਤੇ ਜਿਹੜੀਆਂ ਥਾਵਾਂ ਨਵੀਨੀਕਰਨ ਇੰਨਾ ਜ਼ਿਆਦਾ ਕਰ ਦਿੱਤਾ ਕਿ ਲੋਕਾਂ ਦਾ ਜਿਹੜਾ ਉਹ ਜੁੜਾ ਆ ਉਹਨਾਂ ਚੀਜ਼ਾਂ ਦੇ ਨਾਲ ਉਹਨਾਂ ਥਾਵਾਂ ਦੇ ਨਾਲ ਇਤਿਹਾਸ ਨਾਲ ਉਹਨੂੰ ਮੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸੇ ਚੀਜ਼ ਨੂੰ ਢਾਕੇ ਤਾਂ ਕੋਈ ਵੀ ਬਣਾ ਸਕਦਾ ਕੋਈ ਇਮਾਰਤ ਖੜੀ ਹੋਵੇ ਕੋਈ ਕੰਦ ਖੜੀ ਹੋਵੇ ਆਪਾਂ ਨੂੰ ਢਾਤਾ ਤੇ ਨਵੇਂ ਸਿਰੇ ਤੋਂ ਸਾਰਤਾ। ਜੀ ਇਹਦੇ ਚ ਕਿਹੜਾ ਔਖਾ ਕੰਮ ਆ ਔਖਾ ਕੰਮ ਤਾਂ ਇਹ ਆ ਚੜੋਤੀ ਵਾਲਾ ਕੰਮ ਤਾਂ ਇਹ ਆ ਵੀ ਉਸ ਚੀਜ਼ ਨੂੰ ਮੂਲ ਭਾਵਨਾ ਨੂੰ ਖਤਮ ਨਾ ਕੀਤਾ ਜਾਵੇ ਤੇ ਸਾਡੀ ਕਾਰ ਸੇਵਾ ਵਾਲੇ ਸਮੁੱਚੇ ਬਾਬਿਆਂ ਨੂੰ ਵੀ ਬੇਨਤੀ ਹੈ। ਅਸੀਂ ਬਹੁਤ ਸਤਿਕਾਰ ਕਰਦੇ ਆ। ਜੀ ਬਿਲਕੁਲ ਵੇ ਤੁਸੀਂ ਕੰਮ ਕਰਦੇ ਹੋ ਪਰ ਗੱਲ ਇਹ ਵੀ ਮੂਲ ਰੰਗ ਤਾਂ ਜਿਹੜੀ ਉਹ ਖਤਮ ਹੋ ਰਹੀ ਆ ਅਸੀਂ ਬਹੁਤ ਸਾਰੀਆਂ ਥਾਵਾਂ ਇਹੋ ਜੀਆਂ ਕਰ ਦਿੱਤੀਆਂ ਜਿਨ੍ਹਾਂ ਦੇ ਵਿੱਚ ਉਹ ਭਾਅ ਹੀ ਨਹੀਂ ਮਾਰਦੀ ਜਿਹਦੇ ਵਿੱਚੋਂ ਉਹ ਗੱਲ ਹੀ ਨਹੀਂ ਲੱਭਦੀ ਜਿਹਦੇ ਵਿੱਚੋਂ ਉਹ ਇਤਿਹਾਸ ਦੀ ਜਿਹੜੀ ਇੱਕ ਖਿੱਚ ਹੁੰਦੀ ਆ ਉਹ ਜਿਹੜੀ ਅੰਦਰੇ ਨੂੰ ਛੇੜਦੀ ਆ ਜਿਹੜੀ ਤਾਰ ਛੇੜਦੀ ਆ ਆਪਾਂ ਖਤਮੀ ਕਰ ਦਿੱਤੀ ਜੀ ਬਿਲਕੁਲ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਜਿਹੜੇ ਗੁਰਦੁਆਰਾ ਸਹਿਬਾਂ ਸਾਡੇ ਇਤਿਹਾਸ ਦੇ ਨਾਲ ਜੁੜੇ ਹੋਏ ਨੇ ਗੁਰੂ ਸਾਹਿਬ ਦੀਆਂ ਜਿੱਥੇ ਯਾਦਾਂ ਨੇ ਹਨਾ ਉਹ ਸਾਰੇ ਗੁਰੂ ਘਰਾਂ ਨੂੰ ਆਪਾਂ ਜਿਉਂ ਦਾ ਤਿਉਂ ਸਾਂਭਣ ਦੀ ਕੋਸ਼ਿਸ਼ ਕਰੀਏ ਤਾਂ ਸਾਡੇ ਬੱਚੇ ਜਿਹੜੇ ਨੇ ਉਹ ਵੱਧ ਮੈਨੂੰ ਲੱਗਦਾ ਹੈ ਕਿ ਇਸ ਵਾਲੇ ਪਾਸੇ ਨੂੰ ਬਿਲਕੁਲ ਸਹੀ ਗੱਲ ਆ ਉਹ ਵੀ ਹਾਜ਼ਰ ਹੈ ਜੰਝਦਾ ਵੀ ਚਾਹ ਹਰਮਨਜੀਤ ਸਿਆਣੇ ਗੱਲ ਕਹਿੰਦੇ ਵੀ ਨਾਲੇ 100 ਗੰਡੇ ਖਾਦੇ ਨਾਲੇ ਖਾਦੇ 170 ਜੀ ਇਹ ਗੱਲ ਬਹੁਤ ਸਾਰੀਆਂ ਥਾਵਾਂ ਤੇ ਲਾਗੂ ਹੁੰਦੀ ਹੈ। ਕਈ ਵਾਰੀ ਬੰਦੇ ਨੂੰ ਗੱਲ ਕਹੀ ਜਾਂਦੀ ਵੀ ਭਾਈ ਆਹ ਕੰਮ ਗਲਤ ਆ ਇਹ ਇੰਉਂ ਨਾ ਕਰੋ। ਬੰਦਾ ਅੜ ਜਾਂਦਾ। ਪਰ ਫਿਰ ਜਿਹੜੂ ਚਾਰੇ ਪਾਸੇ ਲਾਹਣਤਾ ਪੈਣ ਲੱਗਦਿਆਂ ਫਿਰ ਕਹਿੰਦਾ ਅੱਛਾ ਚਲੋ ਮੈਂ ਮੋੜ ਘੱਟ ਲਈਨਾ। ਸਹੀ। ਤੇ ਇੱਥੇ ਸਿਆਣੇ ਕਹਿੰਦੇ ਵੀ ਭਾਈ ਜੇ ਪਹਿਲਾਂ ਮੰਨ ਜਾਂਦੇ ਤੇ ਨਾਲੇ 100 ਗੰਡੇ ਤੇ ਨਾਲੇ 100 ਛਤਰਾ ਵਾਲੀ ਗੱਲ ਨਾ ਹੁੰਦੀ। ਆ ਜਿਹੜੀ ਕੁਸ਼ਤੀ ਮਹਾ ਸੰਘ ਆ, ਜਿਹੜੀ ਕੁਸ਼ਤੀ ਫੈਡਰੇਸ਼ਨ ਆ। ਜੀ। ਇਹਨੂੰ ਇੱਕ ਵਾਰੀ ਫਿਰ ਪੰਕ ਕੀਤਾ ਗਿਆ ਤਿੰਨ ਦਿਨਾਂ ਬਾਅਦ। ਹੂੰ। ਬ੍ਰਿਜ ਭੂਸ਼ਣ ਸਾਬਕਾ ਪ੍ਰਨਾਨ ਉਹਦਾ ਪੱਕ ਬਹੁਤ ਸਾਰੀਆਂ ਸਾਂਝ ਆਉਂਦੇ ਨਾਲ ਤੇ ਸੰਜੇ ਸਿੰਘ ਪ੍ਰਧਾਨ ਬਣ ਗਿਆ ਤੇ ਕਹਿੰਦੇ ਵੀ ਚੋਣ ਦੇ ਵਿੱਚ ਫਿਰ ਪਾਰਦਰਸ਼ਤਾ ਨਹੀਂ ਵਰਤੀ ਗਈ ਤੇ ਹੁਣ ਖੇਡ ਵਿਭਾਗ ਦੇ ਵੱਲੋਂ ਇਹ ਜਿਹੜਾ ਕੁਸ਼ਤੀ ਫੈਡਰੇਸ਼ਨ ਨੂੰ ਫਿਰ ਪੰਕ ਕੀਤੀ ਗਈ ਆ ਤੇ ਸਾਖਸ਼ੀ ਮਲਕ ਨੇ ਇਹਦੇ ਲਈ ਹੀ ਵੀ ਸੰਜੇ ਸਿੰਘ ਦੀ ਚੋਣ ਕਿਵੇਂ ਹੋ ਗਈ ਹੂੰ ਸਾਡੇ ਲਈ ਤਾਂ ਉਹ ਵੀ ਉਹੋ ਜਿਹਾ ਇਹ ਵੀ ਉਹੋ ਜਿਹਾ ਇਹ ਦੇ ਕਰਕੇ ਉਹਨੇ ਕੁਸ਼ਤੀ ਛੱਡਣ ਦਾ ਐਲਾਨ ਕਰਤਾ ਬਜਰੰਗ ਪੂਨੀਆ ਨੇ ਪਦਮਸ਼੍ਰੀ ਵਾਪਸ ਕਰਤਾ ਜੀ ਵਜੇਂਦਰ ਸਿੰਘ ਦੇ ਵੱਲੋਂ ਪਦਮਸ਼੍ਰੀ ਵਾਪਸ ਕਰਨ ਦਾ ਐਲਾਨ ਕੀਤਾ ਗਿਆ ਤੇ ਹੁਣ ਕੁਸ਼ਤੀ ਫੈਡਰੇਸ਼ਨ ਪੰਕ ਕਰ ਦਿੱਤੀ ਗਈ ਇੱਕ ਵਾਰੀ ਫੇਰ ਤੇ ਪ੍ਰਧਾਨ ਉਹ 3 ਦਿਨ ਦੇ ਲਈ ਰਹਿਸਲ ਸਿੰਘ ਤੇ ਬ੍ਰਿਜ ਭੂਸ਼ਨ ਪਤਾ ਕੀ ਕਹਿੰਦਾ ਤੈਨਾਂ ਜਿਹੜੇ ਸਾਡੇ ਪੋਸਟਰ ਲੱਗੇ ਸੀ ਨਾ ਕਿ ਦਬਦਬਾ ਹੈ ਦਬਦਬਾ ਤੋਂ ਰਹੇਗਾ ਇਹ ਕਹਿੰਦਾ ਮੇਰੇ ਪ੍ਰਸ਼ੰਸਕਾਂ ਨੇ ਖੁਸ਼ ਹੋ ਕੇ ਲਾਤੇ ਸੀਗੇ ਤੇ ਮੈਂ ਲਵਾਤੇ ਆ ਜਿਹੋ ਜੇ ਤੁਸੀਂ ਉਹ ਜੇ ਤੁਹਾਡੇ ਪ੍ਰਸ਼ੰਸਕ ਜੀ ਨਾ ਤੁਹਾਡੇ ਪ੍ਰਸ਼ੰਸਕਾਂ ਨੇ ਕਦੇ ਕੁਝ ਨਹੀਂ ਖੇੜੀ ਨਾ ਤੁਸੀਂ ਹੁਣ ਕਦੇ ਖੇੜੀ ਆ ਨਹੀਂ ਨਾਲੇ ਲਵਾ ਕੇ ਕਿਹੜਾ ਆਸਾਨ ਕੀਤਾ ਕਿਸੇ ਤੇ ਉਹ ਕਹਿੰਦਾ ਕਹਿੰਦਾ ਮੈਂ ਲੰਮਾ ਸਮਾਂ ਕੁਸ਼ਤੀ ਨਾਲ ਜੁੜਿਆ ਰਿਆ ਤੇ ਯਾਰ ਜਿਹੜੇ ਖਿਡਾਰੀ ਹੁੰਦੇ ਉਹਨਾਂ ਦੇ ਵਿੱਚ ਤਾਂ ਆਕੜ ਹੁੰਦੀ ਨਹੀਂ ਉਹ ਤਾਂ ਜ਼ਮੀਨ ਨਾਲ ਜੁੜੇ ਹੁੰਦੀ ਹੈ ਨਾਲੇ ਜੇ ਤੁਸੀਂ ਲੰਮਾ ਸਮਾਂ ਖਿਡਾਰੀ ਰਹੇ ਹੋ ਤੁਸੀਂ ਕੁਸ਼ਤੀ ਖੇਡਦੇ ਰਹੇ ਹੋ ਤੇ ਫਿਰ ਤਾਂ ਤੁਹਾਨੂੰ ਮੈਡਲਾਂ ਦੀ ਕੀਮਤ ਪਤਾ ਹੋਣੀ ਚਾਹੀਦੀ ਵੀ ਖੂਨ ਦੀ ਤੁਸੀਂ ਕਹਿੰਦੇ ਸੀ ਵੀ 5 500000 ਹਜ਼ਾਰ ਹਜ਼ਾਰ ਦੇ ਵਿੱਚ ਮੈਡਲ ਜਿੱਤ ਜਾਂਦੇ ਆ ਤੇ ਭਾਈ ਤੁਸੀਂ ਫਿਰ 5 500 ਲਾ ਜਿੱਤਦੇ ਰਹੇ ਹੋ ਕਿ ਤੁਸੀਂ 2 2 ਸ਼ਿਮਰ ਲੇਖ ਭਾਵੁਕ ਹੋਈ ਸੀ ਸੱਚੀ ਟਾਣਾ ਸਾਹਿਬ ਮੈਨੂੰ ਲੱਗਦਾ ਹੈ ਕਿ ਜਿਹੜੇ ਖੇਡਾਂ ਨੂੰ ਪ੍ਰੇਮ ਕਰਨ ਵਾਲੇ ਲੋਕ ਨੇ ਜਿਹੜੇ ਖਿਡਾਰੀਆਂ ਦੀ ਕਦਰ ਕਰਨ ਵਾਲੇ ਲੋਕ ਨੇ ਉਹ ਵੀ ਰੋਏ ਉਹ ਵੀ ਭਾਵੁਕ ਹੋਏ ਹੈ ਨਾ ਕਿਉਂਕਿ ਇਹ ਫੈਸਲਾ ਕੋਈ ਛੋਟਾ ਫੈਸਲਾ ਨਹੀਂ ਹੁੰਦਾ ਤੁਸੀਂ ਆਪਣੀ ਜ਼ਿੰਦਗੀ ਦੀ ਕਮਾਈ ਜੋ ਅੱਜ ਤੱਕ ਤੁਸੀਂ ਜ਼ਿੰਦਗੀ 'ਚ ਹਾਸਲ ਕੀਤਾ ਉਹ ਸਿਰਫ ਤੇ ਸਿਰਫ ਇਸ ਤਰੀਕੇ ਦੇ ਨਾਲ ਵੀ ਤੁਹਾਡੇ ਨਾਲ ਧੱਕਾ ਹੋ ਰਿਹਾ ਹੈ ਉਹਦੇ ਕਰਕੇ ਤੁਹਾਨੂੰ ਤਿਆਗਣਾ ਪੈ ਰਿਹਾ ਤੁਹਾਨੂੰ ਛੱਡਣਾ ਪੈ ਰਿਹਾ ਤੇ ਇਹ ਕੋਈ ਛੋਟੀ ਗੱਲ ਨਹੀਂ ਹੈ ਅਸੀਂ ਇਹ ਗੱਲ ਕਹਿੰਦੇ ਆਂ ਕਿ 올림픽 ਦੇ ਵਿੱਚ ਅਮਰੀਕਾ ਪਤਾ ਨਹੀਂ ਕਿਵੇਂ ਮੈਡਲ ਲੈ ਜਾਂਦਾ ਜੀ ਉੱਥੇ ਇਉਂ ਨਹੀਂ ਹੁੰਦਾ ਜਿਵੇਂ ਇੱਥੇ ਹੋ ਚੱਲਿਆ ਸੀ ਅਸੀਂ ਕਹਿੰਦੇ ਆਂ ਕਿ ਚੀਨ ਪਤਾ ਨਹੀਂ ਕਿਵੇਂ ਬਾਜ਼ੀ ਮਾਰ ਜਾਂਦਾ ਭਾਈ ਚੀਨ ਦੇ ਵਿੱਚ ਵੀ ਉਵੇਂ ਨਹੀਂ ਹੁੰਦਾ ਜਿਵੇਂ ਇੱਥੇ ਹੋ ਚੱਲਿਆ ਸੀ ਸੋ ਉਹ ਆਪਣੇ ਖਿਡਾਰੀਆਂ ਦੇ ਲਈ ਤੇ ਆਪਣੀਆਂ ਖੇਡਾਂ ਦੇ ਲਈ ਕਿੰਨਾ ਵੱਡਾ ਬਜਟ ਰੱਖਦੇ ਆਂ ਕਿੰਨੀਆਂ ਵੱਡੀਆਂ ਮੱਲਾ ਮਾਰਨ ਦਾ ਮੌਕਾ ਦਿੰਦੇ ਆ ਕੀ ਕੀ ਸਹੂਲਤਾਂ ਦਿੰਦੇ ਨੇ ਜੇ ਬਾਹਰਲੇ ਦੇਸ਼ ਦੇ ਵਿੱਚ ਕਿਸੇ ਇੱਕ ਕੋਚ ਦੇ ਉੱਤੇ ਕਿਸੇ ਇੱਕ ਮੰਤਰੀ ਦੇ ਉੱਤੇ ਕੋਈ ਦੋਸ਼ ਲੱਗ ਜੇ ਤਾਂ ਜਦੋਂ ਦੋਸ਼ ਲੱਗਦਾ ਉਹ ਨਾਲ ਦੀ ਨਾਲ ਪਾਸੇ ਹੋ ਜਾਂਦਾ ਵੀ ਚਲੋ ਕੋਈ ਗੱਲ ਨਹੀਂ ਮੈਂ ਪਾਸੇ ਆ ਜੀ ਇਹਦੀ ਨਿਰਪੱਖ ਤਰੀਕੇ ਨਾਲ ਪੜਤਾਲ ਹੋਵੇ ਜੇਕਰ ਮੈਂ ਪਾਕ ਸਾਫ ਨਿਕਲਿਆ ਵਿੱਚੋਂ ਤੇ ਫਿਰ ਮੈਂ ਦੁਬਾਰਾ ਇਸ ਸੌਦੇ ਤੇ ਆ ਜਾਊਗਾ ਸਾਡੇ ਵਾਲੇ ਨੂੰ ਤਾਂ ਪਿੱਟ ਪਿੱਟ ਕੇ ਬੰਦਾ ਮਰ ਜਾਂਦਾ ਵੀ ਪਾਈ ਨੂੰ ਲਾ ਦੇ ਉਲਾ ਦੇ ਉਲਾ ਦੋਕਰ ਮੈਨੀ ਜਾਂਦਾ ਹਮ ਆ ਬ੍ਰਿਜ ਭੂਸ਼ਨ ਨੂੰ ਪ੍ਰਧਾਨਗੀ ਤੋਂ ਲਵਾਉਣ ਲਈ ਕੀ ਨਹੀਂ ਕੁਝ ਹੋਇਆ ਪਰਚਾ ਦਰਜ ਕਰਵਾਉਣ ਲਈ ਕੀ ਨਹੀਂ ਕਰਨਾ ਪਿਆ ਕਿੰਨੇ ਮਹੀਨੇ ਜਿਹੜੇ ਆ ਉਹ ਖਿਡਾਰੀ ਸਾਡੇ ਜੰਤਰ ਮੰਤਰ ਤੇ ਬੈਠੇ ਰਹੇ ਆ ਤੇ ਤੀਜੇ ਕਰ ਦਿਨ ਕੋਈ ਨਾ ਕੋਈ ਉੱਠ ਕੇ ਕਹਿ ਦਿੰਦਾ ਸੀ ਇਹ ਤਾਂ ਰਾਜਨੀਤੀ ਕਰਦੀਆਂ ਹਨ ਖਿਡਾਰੀ ਤਾਂ ਰਾਜਨੀਤੀ ਕਰਦੇ ਹਨ ਤਾਂ ਤੁਸੀਂ ਨਹੀਂ ਕਰਦੇ ਜੀ ਨਾਲੇ ਗੱਲ ਇਹ ਆ ਨਾ ਚਨਾਬ ਸਾਹਿਬ ਜੇ ਤੁਸੀਂ ਕਹਿੰਦੇ ਹੋ ਖਿਡਾਰੀ ਰਾਜਨੀਤੀ ਕਰ ਰਹੇ ਹਨ ਤੇ ਫਿਰ ਤੁਸੀਂ ਕਹੋ ਵੀ ਨਿਰਪੱਖ ਤਰੀਕੇ ਨਾਲ ਭਾਈ ਜਾਂਚ ਕਰੋ ਅਸੀਂ ਜੱਤੀ ਪਾਸੇ ਹੁੰਨੇ ਅਹੁਦੇ ਤੋਂ ਜੇਕਰ ਅਸੀਂ ਦੋਸ਼ੀ ਪਾਏ ਗਏ ਤਾਂ ਬਣਦੇ ਸਾਨੂੰ ਸਜ਼ਾ ਦਿੱਤੀ ਜਾਵੇ ਜੇਕਰ ਅਸੀਂ ਦੋਸ਼ੀ ਨਾ ਪਾਏ ਗਏ ਤਾਂ ਸਾਨੂੰ ਦੁਬਾਰਾ ਮਾਨ ਸਨਮਾਨ ਦਿੱਤਾ ਜਾਵੇ ਖਿਡਾਰੀਆਂ ਦੇ ਉੱਪਰ ਸਖਤ ਕਾਰਵਾਈ ਹੋਵੇ ਵੀ ਇਹ ਚੋਟ ਬੋਲਣੇ ਇੱਕ ਗੱਲ ਸਾਬਤ ਕਰਦੀ ਵੀ ਸਾਡੇ ਦੇਸ਼ ਦੇ ਕਿੰਨੇ ਕ ਖਿਡਾਰੀ ਜਦੋਂ ਹੁਣ ਆ ਸਾਕਸ਼ੀ ਮਲਕ ਨੇ ਕੁਸ਼ਤੀ ਛੜਤੀ ਹਾਂ ਜਾਂ ਹੋਰ ਖਿਡਾਰੀਆਂ ਨੇ ਪੁਰਸਕਾਰ ਵਾਪਸ ਕਰਨ ਦੀ ਗੱਲ ਕਰਤੀ ਕਿੰਨੇ ਕ ਖਿਡਾਰੀ ਆ ਜਿਹੜੇ ਇਸ ਵੇਲੇ ਸਾਹਮਣੇ ਆਏ ਬਿਲਕੁਲ ਬਹੁਤੇ ਤਾਂ ਘੁੰਨੇ ਜਿਹਾ ਬਣ ਕੇ ਬਹਿ ਗਏ ਵੀ ਚਲੋ ਕੋਈ ਗੱਲ ਨਹੀਂ ਮਸਲਾ ਆਪੇ ਟਲ ਜਾਊਗਾ ਹਾਂ ਤੇ ਕਿੰਨੇ ਕ ਸਤਾਧਾਰੀ ਧਰ ਦੇ ਲੋਕ ਆ ਕੋਈ ਵਿਧਾਇਕ ਕੋਈ ਐਮਪੀ ਕੋਈ ਮੰਤਰੀ ਜਿਨੇ ਇਹ ਗੱਲ ਕਹੀ ਹੋਵੇ ਕਿ ਭਾਈ ਸਾਕਸ਼ੀ ਦੇ ਘਰੇ ਜਾ ਕੇ ਅਸੀਂ ਮਨਾਉਣੇ ਆ ਨਾ ਨਾ ਵੀ ਧੀਏ ਕੋਈ ਗੱਲ ਨਹੀਂ ਤੈਨੂੰ ਇਨਸਾਫ ਅਸੀਂ ਦਿਵਾਵਾਂਗੇ ਜੀ ਯਾਰ ਵੋਟਾਂ ਇੱਕ ਪਾਸੇ ਹਾਂ ਗੋਲੀ ਬਾਰੋ ਇਸ ਗੱਲ ਨੂੰ ਖਿਡਾਰੀ ਵਰਗਾ ਕੌਣ ਹੋ ਸਕਦਾ ਨਾਲੇ ਸਭ ਤੋਂ ਵੱਡੀ ਗੱਲ ਹੈ ਪ੍ਰਿਯੰਕਾ ਗਾਂਧੀ ਹੋਰੀ ਗਏ ਉਹ ਉਹਨਾਂ ਨੂੰ ਮਿਲੇ ਹਨਾ ਤੇ ਉਹਨੂੰ ਵੀ ਸਿਆਸਤ ਨਾਲ ਜੋੜ ਕੇ ਵੇਖਣਾ ਸ਼ੁਰੂ ਕਰ ਦਿੱਤਾ ਚਲੋ ਵੀ ਤੁਸੀਂ ਇਹ ਵੀ ਤਾਂ ਸੋਚੋ ਵੀ ਘੱਟੋ ਘੱਟ ਉਹ ਗਈ ਤਾਂ ਸਹੀ ਪ੍ਰਿਯੰਕਾ ਗਾਂਧੀ ਉੱਥੇ ਪਹੁੰਚੇ ਤਾਂ ਸਹੀ ਉਹਨਾਂ ਨੇ ਗਲਤ ਤਾਂ ਕੀਤੀ ਸੀ ਤੁਸੀਂ ਤਾਂ ਉਹ ਵੀ ਨਹੀਂ ਕੀਤੀ ਕਿਸੇ ਨੇ ਔਰ ਮੈਨੂੰ ਬੜੀ ਹੈਰਾਨੀ ਹੋਈ ਟਾਣਾ ਸਭ ਉਹਨਾਂ ਮੀਡੀਆ ਅਦਾਰਿਆਂ ਦੇ ਉੱਪਰ ਜਿਨ੍ਹਾਂ ਨੇ ਉਦੋਂ ਸੰਘ ਬਾ ਲਿਆ ਸੀ ਵੀ ਖਿਡਾਰੀਆਂ ਦੀ ਮਿਹਨਤ ਦਾ ਜਿਹੜਾ ਸੇਰਾ ਉਹ ਵੀ ਕਿਸੇ ਹੋਰ ਨੂੰ ਹੀ ਦਿੱਤਾ ਸੀ ਵੀ ਉਹਨਾਂ ਦੇ ਕਰਕੇ ਮੈਡਲ ਆ ਗਏ ਨੇ ਇਸ ਕਰਕੇ ਮੈਡਲ ਜਿੱਤ ਸਕੇ ਨੇ ਉਦੋਂ ਉਹਨਾਂ ਨੇ ਬਹੁਤ ਰੌਲਾ ਧਾਰੀਆਂ ਦੇ ਨਾਲ ਇੰਨਾ ਕੁਝ ਹੋ ਰਿਹਾ ਤਾਂ ਕੋਈ ਨਹੀਂ ਬੋਲਿਆ ਬ੍ਰਿਜ ਭੂਸ਼ਣ ਨੇ ਗੱਲ ਕਹਿੰਦਾ ਕਹਿੰਦਾ ਵੀ ਦੇਖੋ ਇਹ ਤਾਂ ਨਾ ਰਾਜਨੀਤੀ ਦੇ ਰੰਗਣ ਦੇ ਵਿੱਚ ਆਗਿਆ ਖੜਾਰਨਾ ਇਹ ਤਾਂ ਜੀ ਮੋਰਾ ਬਣ ਗਈਆਂ ਸਿਆਸਤ ਦਾ ਕਿਉਂਕਿ ਜਿਹੜੇ ਤੁਸੀਂ ਲੋਕ ਹੋ ਇਹ ਤਾਂ ਜੇਕਰ ਸਰਕਾਰ ਨਾ ਬਣਦੀ ਹੋਵੇ ਤਾਂ ਕਹਿੰਦੇ ਨੇ ਬਾਹਰੋਂ ਸਮਰਥਨ ਦਿਨੇ ਤੇ ਆਪਾਂ ਸਰਕਾਰ ਬਣਾ ਲਓ ਜੀ ਫਲਾਣੇ ਦੇ ਨਾਲ ਗੱਠ ਜੋੜ ਕਰਕੇ ਆਪਾਂ ਇੰਉਂ ਕਰ ਲੈਨੇ ਆ ਫਲਾਣੀ ਥਾਂ ਤੇ ਜੋੜ ਤੋੜ ਕਰਕੇ ਆਪਾਂ ਇਹ ਰਾਜਨੀਤੀ ਕਰ ਲੈਨੇ ਆ ਤੇ ਤੁਸੀਂ ਤਾਂ ਆਪੇ ਗੱਲ ਕਹਿੰਦੇ ਵੀ ਯੂਪੀ ਦੀਆਂ 80 ਸੀਟਾਂ ਦੇ ਵਿੱਚੋਂ ਕਿਤੋਂ ਵੀ ਮੈਨੂੰ ਖੜਾ ਕਰ ਲਓ ਮੈਂ ਤੁਹਾਨੂੰ ਜਿੱਤ ਕੇ ਦਿਖਾਉਂਗਾ ਜੀ ਆਪਾਂ ਰਾਜਨੀਤੀ ਉਹ ਮਿਲ ਲੈਣ ਚਾਹਦਾ ਪਹਿਲਾਂ ਸਾਂਝਾ ਕਰ ਲੈਣ ਉਹ ਰਾਜਨੀਤੀ ਹੈ ਤੇ ਆਪਣਾ ਪੁੰਨ ਆਪਾਂ ਸੇਵਾ ਕਰਨੇ ਕੱ ਲਈ ਜੀ ਬਿਲਕੁਲ ਉਹ ਆ ਵੀ ਹਾਜ਼ਰ ਹੈ ਚੰਚੀ ਦਾ ਵੀ ਚਾਹ ਟਣਾ ਸਾਹਿਬ ਹੁਣ ਆਪਾਂ ਗੱਲ ਕਰਦੇ ਆਂ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਹੋਰਾਂ ਦੀ ਬਹੁਤ ਨਾਮਣਾ ਖੱਟਿਆ ਉਹਨਾਂ ਨੇ ਇਸ ਖੇਤਰ ਦੇ ਵਿੱਚ ਉਹਨਾਂ ਦੇ ਗਾਣੇ ਅੱਜ ਵੀ ਲੋਕ ਸੁਣਦੇ ਨੇ ਪਰ ਪਿਛਲੇ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ ਮੈਂ ਕਹਿ ਰਿਹਾ ਇੱਕ ਵਿਵਾਦ ਉਹਨਾਂ ਦੇ ਨਾਲ ਜਿਹੜਾ ਉਹ ਜੁੜਿਆ ਹੋਇਆ ਹੈ ਉਹ ਜ਼ਮੀਨੀ ਵਿਵਾਦ ਹੈ ਘਰ ਦਾ ਉਹਨਾਂ ਦੇ ਵਿਵਾਦ ਹੈ ਜਿਹਨੂੰ ਲੈ ਕੇ ਹੁਣ ਇੱਕ ਵੀਡੀਓ ਜਿਹੜੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਸਤਵਿੰਦਰ ਬੁੱਗਾ ਹੋਰਾਂ ਨੇ ਡੰਡਿਆਂ ਦੇ ਨਾਲ ਆਪਣੇ ਭਰਾ ਨੂੰ ਕੁੱਟਿਆ ਦੇਖੋ ਹਰਮਨ ਜੀ ਪਹਿਲੀ ਗੱਲ ਤਾਂ ਇਹ ਵੀ ਇਹ ਵਿਵਾਦ ਨਵਾਂ ਨਹੀਂ ਜੀ ਜਿਹੜੇ ਲੋਕ ਜਾਂ ਜਿਹੜੇ ਉਹਨਾਂ ਦੇ ਪਿੰਡ ਦੇ ਲੋਕ ਆ ਜਾਂ ਆਲ ਦਵਾਲ ਦੇ ਲੋਕ ਆ ਉਹ ਕਹਿੰਦੇ ਵੀ ਇਹ ਵਿਵਾਦ ਤਾਂ ਹੈਗਾ ਕਾਫੀ ਪੁਰਾਣਾ ਅੱਛਾ ਜੀ ਹੌਲੀ-ਹੌਲੀ ਇਹ ਵਿਵਾਦ ਸੋਸ਼ਲ ਮੀਡੀਆ ਦੇ ਉੱਤੇ ਆ ਗਿਆ ਭਰਾਵਾਂ ਦੀਆਂ ਲੜਾਈਆਂ ਪਹਿਲਾਂ ਵੀ ਬਹੁਤ ਹੋਈਆਂ ਅੱਜ ਵੀ ਹੋ ਰਹੀਆਂ ਜੀ ਪਿਓ ਪੁੱਤ ਦੀ ਵੀ ਲੜਾਈ ਹੋ ਜਾਂਦੀ ਹੈ ਭੈਣ ਭਰਾ ਦੀ ਲੜਾਈ ਵੀ ਹੁੰਦੀ ਆ ਮਾਵਾ ਧੀਆਂ ਦੀ ਵੀ ਹੋ ਜਾਂਦੀ ਹੈ ਯਾਰਾਂ ਦੋਸਤਾਂ ਦੀ ਵੀ ਹੋ ਜਾਂਦੀ ਹੈ ਪਰ ਉਹ ਜਿਹੜੀਆਂ ਲੜਾਈਆਂ ਨੇ ਉਹ ਇੱਕ ਥਾਂ ਦੇ ਉੱਤੇ ਬੈਠ ਕੇ ਸੁਲਝਾਉਣੀਆਂ ਪੈਂਦੀਆਂ ਸੋਸ਼ਲ ਮੀਡੀਆ ਦੇ ਉੱਤੇ ਆਇਆ ਹੋਇਆ ਮਸਲਾ ਕਦੇ ਹੱਲ ਨਹੀਂ ਕੋਈ ਵੀ ਲੋਕਾਂ ਨੇ ਹੱਲ ਨਹੀਂ ਕਰਾਉਣਾ ਹੁੰਦਾ ਹੋਣਾ ਉਵੇਂ ਹੀ ਹੱਲ ਆ ਜਿਵੇਂ ਘਰ ਦੇ ਵਿੱਚ ਬੈਠ ਕੇ ਪੰਚਾਇਤ ਦੇ ਵਿੱਚ ਬੈਠ ਕੇ ਥਾਣੇ 'ਚ ਬੈਠ ਕੇ ਜਾਂ ਕਿਤੇ ਵੀ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਤਾਂ ਇਕੱਲੇ ਕਮੈਂਟੀ ਲੈ ਸਕਦੇ ਆ ਨਾ ਮੇਰੇ ਅਰਗੇ ਨੂੰ ਇਹ ਪਤਾ ਹੁੰਦਾ ਵੀ ਬੁੱਗਾ ਗਲਤ ਆ ਨਾ ਮੈਨੂੰ ਇਹ ਪਤਾ ਉਹਦਾ ਭਰਾ ਸਗਾ ਗਲਤ ਆ ਤੇ ਜਾਂ ਮੈਂ ਇਧਰਲੇ ਪਾਸੇ ਨੂੰ ਗਾਲ ਕੱਢੂਗਾ ਜਾਂ ਇਧਰਲੇ ਪਾਸੇ ਨੂੰ ਕੱਢੂਗਾ ਅਸੀਂ ਆਪਦਾ ਜੱਗ ਦੇ ਵਿੱਚ ਆਪੇ ਤਮਾਸ਼ਾ ਬਣਾ ਲੈਂਦੇ ਜੀ ਨਾਲੇ 4 ਦਿਨ ਦਾ ਰੌਲਾ ਪੈਣਾ ਸੋਸ਼ਲ ਮੀਡੀਆ ਦੇ ਉੱਪਰ ਤਾਂ ਨਾ ਸਾਬ ਜਦ ਤੱਕ ਕੋਈ ਹੋਰ ਨਵੀਂ ਵੱਡੀ ਖਬਰ ਨਹੀਂ ਆਉਂਦੀ ਜਦੋਂ ਹੋਰ ਆ ਗਈ ਤਾਂ ਲੋਕਾਂ ਨੇ ਇਹ ਸਾਰਾ ਕੁਝ ਭੁੱਲ ਜਾਣਾ ਉਧਰ ਨੂੰ ਹੋ ਜਾਣਾ ਐਲੀ ਮੰਗਟ ਤੇ ਰਮੀਰ ਦਾਵਾ ਦਾ ਰੋਲਾ ਪਿਆ ਤੇ سوشل میڈیا ਨੇ ਥੋੜੀ ਹੱਲ ਕਰਵਾਇਆ ਹੱਲ ਥਾਂ ਤੇ ਇੱਕ ਥਾਂ ਤੇ ਇਕੱਠੇ ਹੋ ਗਈ ਹੋਇਆ ਨਾ ਤੁਸੀਂ ਦੇਖੋ ਵੀ ਪਿੱਛੇ ਜਾਏ ਅਮਨ ਰੋਜ਼ੀ ਤੇ ਆਤਮੇ ਦਾ ਰੋਲਾ ਪਿਆ ਜੀ ਆਤਮਾ ਬੁੱਢੇ ਵਾਲੀ ਬਿਲਕੁਲ سوشل میڈیا ਤੇ ਰੋਲਾ ਪੈ ਗਿਆ ਕਿਸੇ ਨੇ سوشل میڈیا ਵਾਲਿਆਂ ਨਾਲ ਥੋੜੀ ਠੀਕ ਕਰਵਾਇਆ ਹੁਣ ਰੋਲਾ ਪਿਆ ਹੋਵੇ ਜਲੰਧਰ ਤੇ ਕਮੈਂਟਾਂ ਵੀ ਗੁਜਰਾਤ ਚੋਂ ਤੇ ਉਹ ਨਹੀਂ ਇੱਥੇ ਆ ਕੇ ਥੋੜੀ ਤਰੀਕ ਤੇ ਮਸਲਾ ਹੱਲ ਕਰਨਾ ਨਾਲੇ ਜਾਂ ਦੂਰ ਦਰਾਡੇ ਥਾਂ ਤੋਂ ਆਵੇ ਜੀ ਜਦੋਂ ਮਸਲਾ ਦੋ ਜਣਿਆਂ ਦਾ ਨਾ ਟਾਣਾ ਸਾਹਿਬ ਤੇ ਉਹ ਦੋਵਾਂ ਨੂੰ ਹੀ ਪਤਾ ਹੁੰਦਾ ਵੀ ਕੌਣ ਸਹੀ ਹੈ ਕੌਣ ਗਲਤ ਹੈ ਦੋਵਾਂ ਨੂੰ ਇੱਕ ਦੇ ਇੱਕ ਦੂਜੇ ਦੇ ਬਾਬਤ ਜਿਹੜੀ ਉਹ ਜਾਣਕਾਰੀ ਹੁੰਦੀ ਹੈ ਕਮੈਂਟ ਕਰਨ ਵਾਲੇ ਨੇ ਤਾਂ ਕੁਝ ਵੀ ਕਹਿ ਦੇਣਾ ਹੁੰਦਾ ਸੋ ਇਸ ਲਈ ਮਸਲੇ ਦਾ ਹੱਲ ਗੱਲਬਾਤ ਨਾਲ ਹੀ ਹੋਊਗਾ ਵੀਡੀਓਜ਼ ਪਾਉਣ ਨਾਲ ਕੋਈ ਕੁਝ ਵੀ ਲਿਖ ਦੇਣ ਦੇ ਨਾਲ ਇਹ ਮਸਲੇ ਹੱਲ ਨਹੀਂ ਹੁੰਦੇ ਹੁੰਦੇ। ਬਿਲਕੁਲ ਤੇ ਇੱਕ ਗਾਇਕ ਤੇ ਉਹਦੀ ਘਰਵਾਲੀ ਦਾ ਰੌਲਾ ਪਿਆ ਸੀ ਪਿੱਛੇ ਜੇ। ਦੋਵੇਂ ਜਣੇ ਇੱਕ ਦੂਜੇ ਦੇ ਖਿਲਾਫ ਸੋਸ਼ਲ ਮੀਡੀਆ ਤੇ ਲਾਈਵ ਹੋ ਜਾਂਦੇ ਸੀਗੇ। ਆ ਜੋਤੀ ਨੂਰਾਂ ਸੁਲਤਾਨਾ ਨੂਰ ਆਲਾ ਮਸਲਾ ਦੇਖ ਲਓ। ਦੋਵੇਂ ਭੈਣਾਂ ਨੇ ਇੱਕ ਦੂਜੇ ਦੇ ਖਿਲਾਫ ਕਈ ਕੁਝ ਕੀਤਾ ਪਰ ਕਿਸੇ ਨੇ ਬਾਹਰੋਂ ਆ ਕੇ ਥੋੜੀ ਮਸਲਾ ਹੱਲ ਕਰਵਾਇਆ। ਲੋਕ ਤਾਂ ਇਹੀ ਗੱਲ ਕਹਿ ਸਕਦੇ ਨੇ ਜਾਂ ਤਾਂ ਤੈਨੂੰ ਗੰਦੀ ਕਹਿਣਗੇ ਜਾਂ ਤੈਨੂੰ ਗੰਦੀ ਕਹਿਣਗੇ। ਲੋਕ ਸਵਾਦ ਜਾਂ ਇਹਨੂੰ ਸਹੀ ਕਹਿਣਗੇ ਜਾਂ ਇਹਨੂੰ ਸਹੀ ਕਹਿਣਗੇ। ਵਿਰਲੇ ਟਾਵੇਂ ਹੁੰਦੇ ਜਿਹੜੇ ਇਹ ਗੱ ਤੇ ਹੁਣ ਸੁਤਵਿੰਦਰ ਬੁੱਗੇ ਤੇ ਉਹਦੇ ਭਰਾ ਨੂੰ ਵੀ ਲੋਕ ਇਹੀ ਗੱਲ ਕਹਿੰਦੇ ਵੀ ਭਾਈ ਪਿਆਰ ਨਾਲ ਬੈਠ ਕੇ ਮਸਲਾ ਹੱਲ ਕਰੋ ਜੇ ਬੁੱਗੇ ਨੂੰ ਸੁਣਦੇ ਆ ਉਹ ਇਹ ਗੱਲ ਕਹਿੰਦੇ ਜੀ ਕਿ ਭਰਾ ਨੇ ਵਧੀ ਕੀ ਕੀਤੀ ਹੈ ਜੇ ਭਰਾ ਨੂੰ ਸੁਣਦੇ ਆ ਉਹ ਕਹਿੰਦੇ ਜੀ ਬੁੱਗੇ ਨੇ ਵਧੀ ਕੀ ਕੀਤੀ ਆ ਪਰ ਭਾਈ ਇਸ ਕਲੇਸ਼ ਦੇ ਕਰਕੇ ਤੁਹਾਡੇ ਟੱਬਰ ਦਾ ਇੱਕ ਜੀ ਚਲਾ ਗਿਆ ਜੀ ਉਹਦੇ ਵਿੱਚ ਬੁੱਗੇ ਦੇ ਧੱਕਾ ਮਾਰਿਆ ਨਹੀਂ ਮਾਰਿਆ ਸਾਨੂੰ ਨਹੀਂ ਇਸ ਗੱਲ ਦਾ ਪਤਾ ਹਾਂ ਵੀ ਉਹ ਜੋ ਉਹਦਾ ਭਰਾ ਜੀ ਬਿਲਕੁਲ ਪਰ ਇੱਕ ਪਰਿਵਾਰ ਦਾ ਜੀ ਚਲਾ ਗਿਆ ਤੇ ਨਾ ਮੋਟਰਾਂ ਨਾਲ ਜਾਣੀਆਂ ਨਾ ਜ਼ਮੀਨਾਂ ਜਾਣੀਆਂ ਨਾ ਮੇਥੇ ਨਾਲ ਜਾਣੇ ਨਾ ਸਬਜ਼ੀਆਂ ਨਾਲ ਜਾਣੀਆਂ ਨਾ ਮਰਲੇ ਨਾਲ ਜਾਣੇ ਤੇ ਨਾ ਕਿਲੇ ਨਾਲ ਜਾਣੇ ਰਹਿ ਸਬੂਕ ਜਿੱਥੇ ਜਾਣਾ ਤੇ ਭਾਈ ਇਹ ਜਿਹੜੀ ਅੜੀ ਫਸੀ ਆ ਨਾ ਇਹ ਵਿਚ ਵਿਚਾਲੇ ਬੈਠ ਕੇ ਬੰਦੇ ਪਾ ਕੇ ਮਸਲਾ ਹੱਲ ਕਰ ਲੈਣਾ ਚਾਹੀਦਾ ਇੱਕ ਤਮਾਸ਼ਾ じゃ ਨਾ ਬਣਾਓ ਤੁਸੀਂ ਆਪਣੇ ਰਿਸ਼ਤੇਦਾਰ ਕੋਈ ਹੋਰ ਸੂਝਵਾਨ ਜਿਹੜੇ ਮਿੱਤਰ ਨੇ ਤੁਹਾਡੇ ਪੰਚਾਇਤਾ ਹੋਣਗੇ ਕੁਛ ਵੀ ਕਿਸੇ ਵੀ ਕੋਈ ਵੀ ਬੰਦਾ ਤੁਹਾਨੂੰ ਜਿਹੜਾ ਲੱਗਦਾ ਵੀ ਸਾਡਾ ਮਸਲਾ ਹੱਲ ਕਰਵਾ ਸਕਦਾ ਉਹਨੂੰ ਵਿੱਚ ਬਿਠਾਓ ਤੁਸੀਂ ਆਪਦਾ ਮਸਲਾ ਜਿਹੜਾ ਉਹਦਾ ਹੱਲ ਕਰੋ ਕਿਉਂਕਿ ਇਸ ਤਰੀਕੇ ਨਾਲ ਮਸਲੇ ਹੱਲ ਨਹੀਂ ਹੁੰਦੇ ਇਹ ਕਿੜਾ ਹੋਰ ਜ਼ਿਆਦਾ ਵੱਧਦੀਆਂ ਨੇ ਤੁਸੀਂ ਇੱਕ ਵੀਡੀਓ ਪਾਉਗੇ ਦੂਜਾ ਦੋ ਪਾ ਦੂਗਾ ਫਿਰ ਤੁਸੀਂ ਚਾਰ ਵੀਡੀਓ ਪਾਉਗੇ ਅਗਲਾ ਛੇ ਪਾ ਦੂਗਾ ਵੀਡੀਓਜ਼ ਹਨਾ ਇਹਦੇ ਨਾਲ ਮਸਲਾ ਹੱਲ ਥੋੜੀ ਹੋਊਗਾ ਲੋਕਾਂ ਨੇ ਤਾਂ ਸਿਰਫ ਸਵਾਦ ਲੈਣਾ ਮਜ਼ੇ ਲੈਣੇ ਨੇ ਕਮੈਂਟ ਜਿਹੜੇ ਕਈ ਲੋਕ ਸਿਰਫ ਪ੍ਰਤੀਕਿਰਿਆ ਪੜਦੇ ਨੇ ਕਈ ਪ੍ਰਤੀਕਿਰਿਆ ਦੇ ਜਾਂਦੇ ਨੇ ਸੋ ਇਹਦੇ ਨਾਲ ਮਸਲੇ ਹੱਲ ਨਹੀਂ ਹੋਣਗੇ ਜਾਨ ਚਲੀ ਗਈ ਹੈ ਕਿਸੇ ਦੀ ਇਹ ਸਭ ਤੋਂ ਕੀ ਦੀ ਜਾਨ ਹੁੰਦੀ ਹੈ ਕਿਸੇ ਨੇ ਕੁਝ ਨਹੀਂ ਖਟਿਆ ਇਹਦੇ ਵਿੱਚ ਹੈਨਾ ਸੋ ਇਸ ਲਈ ਮਸਲਾ ਬਹਿ ਕੇ ਗੱਲਬਾਤ ਰਾਹੀਂ ਹੱਲ ਕਰੋ ਤੇ ਛੇਤੀ ਤੋਂ ਛੇਤੀ ਕਰਨਾ ਚਾਹੀਦਾ ਇਕਲ ਮੈਂ ਹੋਰ ਦੱਸਦਾ ਜਿਹੜਾ ਬੰਦਾ ਮਸ਼ਹੂਰ ਹੁੰਦਾ ਉਹਨੂੰ ਹਮੇਸ਼ਾ ਝੁਕਣਾ ਪੈਂਦਾ ਤੇ ਝੁਕਣਾ ਚਾਹੀਦਾ ਵੀ ਹੈ ਕਿਉਂਕਿ ਉਹਨੇ ਉਸ ਵੇਲੇ ਨੂੰ ਕੱਢਣਾ ਮੇਰੀ ਨਿੱਜੀ ਤੌਰ ਤੇ رائے ਆ ਹਾਲਾਂਕਿ ਜੋ ਸਤਵਿੰਦਰ ਬੁੱਗਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਵਿੱਚ ਜਦੋਂ ਲਾਈਵ ਸੀ ਉਹਦਾ ਭਰਾ ਉਹਨੇ ਡੰਡਾ ਚੁੱਕਿਆ ਗੁੱਸੇ ਦੇ ਵਿੱਚ ਉਹਦੇ ਮਾਰਿਆ ਮੈਂ ਇਹਦੇ ਨਾਲ ਸਹਿਮਤ ਨਹੀਂ ਬੁੱਗੇ ਨੂੰ ਇਹ ਵੀ ਨਹੀਂ ਕਰਨਾ ਚਾਹੀਦਾ ਪਰ ਪਤਾ ਨਹੀਂ ਉਸ ਤੋਂ ਪਹਿਲਾਂ ਵਾਲੇ ਕੀ ਹਾਲਾਤ ਹੋਏ ਹੋਣਗੇ ਸਾਨੂੰ ਗਿਆਨ ਨਹੀਂਗਾ ਪਰ ਜਿਹੜਾ ਬੰਦਾ ਮਸ਼ਹੂਰ ਆ ਜਿਹੜੇ ਬੰਦੇ ਨੂੰ ਲੋਕ ਜਾਣਦੇ ਆ ਉਹਨੂੰ ਨੀਵਾ ਹੋ ਕੇ ਸਮਾਂ ਕੱਟ ਲੈਣਾ ਚਾਹੀਦਾ ਮੇਰਾ ਤਾਂ ਇਹ ਖਿਆਲ ਆ ਜੀ ਬਿਲਕੁਲ ਕਿਉਂਕਿ ਸਭ ਤੋਂ ਵੱਧ ਲੋਕਾਂ ਨੇ ਉਹਨੂੰ ਟਾਰਗੇਟ ਕਰਨਾ ਨਿਸ਼ਾਨੇ ਤੇ ਉਹੀ ਰਹਿਣਾ ਵੀ ਭਾਈ ਇਹ ਹੀ ਗਲਤ ਆ ਇਹ ਹੀ ਗਲਤ ਆ ਹੁਣ ਕੱਲ ਮੈਨੂੰ ਇੱਕ ਬੰਦਾ ਮਿਲਿਆ ਉਹ ਬੰਨੋ ਕਹਿੰਦੇ ਜੀ ਕਿ ਸਤਵਿੰਦਰ ਬੁੱਗੇ ਦੀ ਗਲਤੀ ਆ ਹਮ ਮੈਂ ਕਿਹਾ ਯਾਰ ਵੀ ਆਪਾਂ ਇਹਦੇ ਬਾਰੇ ਕਿਵੇਂ ਕਹਿ ਸਕਦੇ ਆ ਜੀ ਨਾ ਆਪਾਂ ਚਾਰ ਵੀਡੀਓ ਦੇਖ ਕੇ ਤੇ ਆਪਾਂ ਐਵੇਂ ਹੀ ਵਿਦਵਾਨ ਬਣ ਜਗੇ ਵੀ ਇਹਦੀ ਗਲਤੀ ਆ ਹਮ ਕਈ ਬੰਦੇ ਕਹਿੰਦੇ ਉਹਦਾ ਭਰਾ ਗਲਤ ਆ ਤੇ ਆਪਾਂ ਨੂੰ ਇਹ ਵੀ ਨਹੀਂ ਪਤਾ ਆਪਾਂ ਨੂੰ ਤਾਂ ਸਿਰਫ ਇਸ ਗੱਲ ਦੀ ਬੇਨਤੀ ਕਰਨੀ ਚਾਹੀਦੀ ਆ ਵੀ ਭਾਈ ਤੁਸੀਂ ਦੋਵੇਂ ਭਰਾ ਇਕੱਠੇ ਬੈਠ ਕੇ ਜਿਹੜਾ ਵੀ ਤੁਹਾਡਾ ਲੈਣ ਦੇਣ ਦਾ ਮਸਲਾ ਪੰਚਾਇਤ ਦੇ ਵਿੱਚ ਬੈਠ ਕੇ ਬੰਦ ਕਮਰੇ ਚ ਭਾਵੇਂ ਚਪੜੋ ਚਪੜੀ ਹੋ ਜਾਓ ਜੀ ਭੈਣ ਭਰਾਵਾਂ ਦੇ ਵਿੱਚ ਛਿੱਤਰੋ ਛਿੱਤਰੀ ਹੋ ਜਾਓ ਭਾਵੇਂ ਪਰ ਆਪਦੀ ਗੱਲ ਨੂੰ ਇਦਾਂ ਲੋਕਾਂ ਦੇ ਮੂਹਰੇ ਲਾ ਕੇ ਵੀ ਤੁਹਾਡੀਆਂ ਇਹਨਾਂ ਗੱਲਾਂ ਦੇ ਉੱਤੇ ਹੱਸਦੇ ਹੁਣ ਕੈਨੇਡਾ ਦੇ ਵਿੱਚ ਬੈਠੇ ਵੀ ਕਈ ਲੋਕ ਆ ਇੰਗਲੈਂਡ 'ਚ ਵੀ ਹੱਸਦੇ ਆ ਬਿਲਕੁਲ ਸਹੀ ਹੱਸਦੇ ਤੁਹਾਡੀ ਇਸ ਗੱਲ ਨੂੰ ਕਈ ਆਸਟ੍ਰੇਲੀਆ ਦੇ ਵਿੱਚ ਵੀ ਹੋਣੇ ਆ ਵੀ ਆਪਾਂ ਦੁਨੀਆ ਭਰ ਦੇ ਵਿੱਚ ਗੱਲ ਜਿਹੜਾ ਖਲਾਰਾ ਪਾ ਲਿਆ ਮਸਲੇ ਦਾ ਹੱਲ ਤਾਂ ਨਿਕਲ ਨਹੀਂ ਰਿਹਾ ਮਸਲੇ ਦਾ ਹੱਲ ਕੱਢ ਗਏ ਬਿਲਕੁਲ ਸਹੀ ਆ ਵੀ ਹਾਜ਼ਰ ਹੈ ਚੰਚ ਦਾ ਵੀ ਚਾ ਪ੍ਰਾਇਮੇਸ਼ਰ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚ ਆਇਦਾ ਵਿਚਾਰ ਵੇਖ ਰਹੇ ਹੋ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ ਟੈਣਾ ਸਾਹਿਬ ਹਰ ਇੱਕ ਬੰਦਾ ਜ਼ਿੰਦਗੀ ਦੇ ਵਿੱਚ ਉੱਚਾ ਮੁਕਾਮ ਹਾਸਲ ਕਰਨਾ ਚਾਹੁੰਦਾ ਹੈ ਹਰ ਇੱਕ ਬੰਦਾ ਸ਼ੋਹਰਤ ਕਮਾਉਣੀ ਚਾਹੁੰਦਾ ਹੈ ਤੇ ਉਹਦੇ ਲਈ ਮਿਹਨਤ ਬਹੁਤ ਕਰਨੀ ਪੈਂਦੀ ਹੈ ਤੇ ਕਰਨੀ ਵੀ ਚਾਹੀਦੀ ਹੈ ਜੀ ਬਿਲਕੁਲ ਕਿਉਂਕਿ ਜਿਹੜੀ ਸਸਤੀ ਸ਼ੋਹਰਤ ਹੁੰਦੀ ਹੈ ਜਿਹੜੀ ਇੱਕ ਛੋਟਾ ਰਾਸਤਾ ਲੱਭ ਕੇ ਅਸੀਂ ਗਲਤ ਤਰੀਕੇ ਨਾਲ ਸ਼ੋਹਰਤ ਕਮਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹ ਸਦੀਵੀ ਸਾਡੇ ਕੋ ਜਿੰਨੀ ਦੇਰੀ ਬਾਅਦ ਸਫਲਤਾ ਮਿਲੂਗੀ ਉਹਨਾਂ ਸਮਾਂ ਹੰਢਣਸਾਰ ਹੋਊਗੀ ਸਹੀ ਗੱਲ ਐਕਦਾ ਮਿਲੀ ਸਫਲਤਾ ਬੰਦੇ ਦੇ ਕਿਰਦਾਰ ਨੂੰ ਵਿਗਾੜਦੀ ਆ ਤੇ ਜਦੋਂ ਬੰਦੇ ਦਾ ਕਿਰਦਾਰ ਵਿਗੜਦਾ ਉਹਦੇ ਆਲੇ ਦੁਆਲੇ ਝੁਰਮਟੇ ਹੋ ਜਾ ਪਿਆ ਹੁੰਦਾ ਮੈਂ ਬੜੇ ਬੰਦੇ ਦੇਖੇ ਆ ਜਿਨ੍ਹਾਂ ਨੂੰ ਸਫਲਤਾ ਮਿਲ ਗਈ ਐਕਦਾਮ 20 22 25 ਸਾਲ ਦੀ ਉਮਰ ਦੇ ਵਿੱਚ ਪਰ ਉਹਨਾਂ ਦੇ ਦੁਆਲੇ ਝੁਰਮਟੇ ਸਾ ਪਿਆ ਉਹਨਾਂ ਨੂੰ ਅਸਲੀਅਤ ਤੋਂ ਜਾਣੂ ਕਰਾਉਣੇ ਹਟ ਗਏ ਜੀ ਉਹ ਹੁੰਦੀ ਗੱਲ ਹੋਰ ਸੀ ਉਹਨਾਂ ਨੇ ਖੁਸ਼ ਰੱਖਣਾ ਹੁੰਦਾ ਉਸ ਬੰਦੇ ਨੂੰ ਤੇ ਜਦੋਂ ਤੱਕ ਉਸ ਬੰਦੇ ਦਾ ਬਿਲਕੁਲ ਬੁਰਾ ਹਾਲ ਨਹੀਂ ਹੋ ਗਿਆ ਉਹ ਤਾਂ ਖੜਾ ਨਹੀਂ ਛੱਡਿਆ ਹੂੰ ਤੇ ਜਦੋਂ ਤੱਕ ਬੁਰਾ ਹਾਲ ਹੋਇਆ ਉਦੋਂ ਤੱਕ ਹਾਲਾਤ ਬਦਲਣ ਦੀ ਸਮਰੱਥਾ ਨਹੀਂ ਰਹੀ ਹਾਲਾਤ ਵਿਗੜੇ ਨੇ ਗਏ ਜੀ ਬਿਲਕੁਲ ਸੋ ਇਸ ਕਰਕੇ ਭਾਈ ਜਿਹੜਾ ਵੀ ਬੰਦਾ ਮਸ਼ਹੂਰ ਆ ਜਿਹੜਾ ਬੰਦਾ ਕਾਮਯਾਬੀ ਵੱਲ ਵੱਧਦਾ ਉਹ ਆਪਣੇ ਸਾਰਥਕ ਅਲੋਚਕ ਵੀ ਰੱਖੇ ਜੀ ਜਿਹੜੇ ਕਿ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਣ ਕਈ ਵਾਰੀ ਸਾਨੂੰ ਗੱਲ ਚੁਬਣ ਲੱਗ ਜਾਂਦੀ ਆ ਲੈ ਤੂੰ ਮੈਨੂੰ ਐਂ ਕਹਦੇਂਗਾ ਹੁਣ ਤੂੰ ਸਮਝਾਏਂਗਾ ਹੁਣ ਹੁਣ ਤੂੰ ਸਮਝਾਏਗਾ ਮੈਨੂੰ ਜੇ ਤੂੰ ਇੰਨਾ ਸਿਆਣਾ ਆਪ ਬਣ ਜਾਂਦਾ ਇਦਾਂ ਸਾਡੇ ਕੋਲੇ ਬੜੀਆਂ ਗੱਲਾਂ ਬੜੀਆਂ ਹੋਣ ਲੱਗ ਜਾਂਦੀਆਂ ਪਰ ਜਿਵੇਂ ਜਿਵੇਂ ਸਫਲ ਹੋਈ ਜਾਓ ਨਿਮਰ ਹੋਈ ਜਾਓ ਜੀ ਬਿਲਕੁਲ ਉਹ ਸਤਰਾ ਨੇ ਨਾ ਟੈਣਾ ਸਾਹਿਬ ਉਹ ਕਹਿੰਦੇ ਬਨਜਾਤੇ ਹਨ ਸਭ ਦੋਸਤ ਜਦ ਜ਼ਰ ਪਾਸ ਹੁੰਦਾ ਹੈ ਟੁੱਟਦਾ ਹੈ ਗਰੀਬੀ ਮੇ ਉਹ ਰਿਸ਼ਤਾ ਜੋ ਖਾਸ ਹੁੰਦਾ ਹੈ ਜਦੋਂ ਪੈਸੇ ਆ ਤੁਹਾਡੇ ਕੋਲ ਝੁਰਮਟ ਪਊਗਾ ਜਦੋਂ ਤੁਹਾਡੇ ਕੋਲ ਦੌਲਤ ਦੌਲਤ ਸ਼ੋਹਰਤ ਆ ਨਾ ਉਦੋਂ ਤੁਹਾਡੇ ਆਲੇ ਦੁਆਲੇ ਲੋਕ ਆਉਣਗੇ ਪਰ ਜਦੋਂ ਅਸਲ 'ਚ ਤੁਹਾਨੂੰ ਲੋੜ ਪਊਗੀ ਨਾ ਜਦੋਂ ਚਾਰ ਛਿੱਲੜ ਕੋਲ ਨਾ ਰਹੇ ਫਿਰ ਕੋਈ ਨਿਕੋਲ ਖੜਦਾ ਹੁੰਦਾ ਪਰ ਖੈਰ ਅੱਜਕੱਲ ਬਹੁਤ ਸਾਰੇ ਰਿਐਲਿਟੀ ਸ਼ੋਜ਼ ਹੁੰਦੇ ਨੇ ਜਣਾ ਸਾਹਿਬ ਜਿਹਦੇ ਰਾਹੀ ਵੀ ਬਹੁਤ ਸਾਰੇ ਲੋਕਾਂ ਨੂੰ ਮਿਹਨਤ ਕਰਨ ਤੋਂ ਬਾਅਦ ਸ਼ੋਹਰਤ ਮਿਲੀ ਨਾਮ ਮਿਲੇ ਰਿਐਲਿਟੀ ਸ਼ੋਅ ਨੂੰ ਕਹਿੰਦੇ ਪ੍ਰਤਿਭਾ ਖੋਜ ਮੁਕਾਬਲੇ ਜੀ ਬਿਲਕੁਲ ਔਰ ਇਹਦੇ ਵਿੱਚੋਂ ਇੱਕ ਬਹੁਤ ਮਸ਼ਹੂਰ ਜਿਹੜਾ ਪ੍ਰਤਿਭਾ ਖੋਜ ਮੁਕਾਬਲਾ ਹੋਇਆ ਕੌਣ ਬਨੇਗਾ ਕਰੋੜਪਤੀ ਅਮਤਾਪ ਬਚਨ ਵਾਲਾ ਜਿਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਉਹ ਗਏ ਕਈਆਂ ਨੇ ਕਰੋੜ ਰੁਪਈਆ ਵੀ ਜਿੱਤਿਆ ਕਿਸੇ ਨੇ ਕੁਝ ਲੱਖ ਜਿੱਤੇ ਕਿਸੇ ਨੇ ਕੁਝ ਇੱਕ ਹਲਵਾਈ ਵੀ ਪਹੁੰਚਿਆ ਵਧੀਆ ਗੱਲ ਆ ਜੀ ਦੇਖੋ ਉਹ ਬੰਦਾ ਹਲਵਾਈ ਦਾ ਕੰਮ ਕਰਦਾ ਆ ਆਪਦੇ ਟੱਬਰ ਨੂੰ ਪਾਲਣ ਦੇ ਲਈ ਬਹੁਤ ਖੂਬ ਆਪਦੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਮਿਹਨਤ ਕਰਦਾ ਕਿਰਤ ਕਰਦਾ ਉਹ ਵੀ ਪਰ ਉਹਦੇ ਮਨ ਦੇ ਵਿੱਚ ਇਹ ਸੀ ਪਿਛਲੇ 23 ਵਰਿਆਂ ਤੋਂ 23 ਸਾਲ ਤੋਂ ਇਹ ਸ਼ੋਅ ਚੱਲਦਾ ਉਹ ਪਹਿਲੇ ਸਾਲ ਤੋਂ ਲੈ ਕੇ ਹੁਣ ਤੱਕ ਮਿਹਨਤ ਕਰ ਰਿਹਾ ਕਿ ਮੈਂ ਇਹ ਸ਼ੋਅ ਦੇ ਵਿੱਚ ਜਾਣਾ ਹੂੰ ਕਈ ਵਾਰ ਉਹ ਬਿਲਕੁਲ ਨੇੜੇ ਪਹੁੰਚ ਗਿਆ ਪਰ ਮੌਕੇ ਦੇ ਉੱਤੇ ਜਿਹੜਾ ਹੁੰਦਾ ਬਹੁਤ ਤੇਜ਼ੀ ਦੇ ਨਾਲ ਉਤਰ ਦੇਣਾ ਉਹਦੇ ਵਿੱਚ ਰਹਿ ਗਿਆ ਜਾਂ ਕੁਝ ਵੀ ਹੋ ਗਿਆ ਹੁਣ ਨਾ ਇੱਕ ਲੱਕੀ ਡਰਾ ਕੱਢਿਆ ਜਿਹਦੇ ਵਿੱਚ ਕੋਈ ਫਾਸਟੈਸਟ ਫਿੰਗਰਪ੍ਰਿੰਟ ਨੂੰ ਕੁੱਛ ਕਹਿੰਦੇ ਆ ਫਾਸਟੈਸਟ ਫਿੰਗਰ ਫਰਸਟ ਹਾਂ ਆਹ ਜੀ ਤੇ ਕਹਿੰਦੇ ਵੀ ਉਹਨੇ ਛੇ ਛੇ ਦੀ ਉਹ ਸਾਰਾ ਕੁਛ ਕਰਤਾ ਅੱਛਾ ਜੀ ਤੇ ਉਹ ਕਹਿੰਦੇ ਵੀ ਹੁਣ ਜਦੋਂ ਉਹਦੀ ਪਰਚੀ ਚੱਕੀ ਗਈ ਜਦੋਂ ਪਰਚੀ ਚੱਕੀ ਗਈ ਤੀ ਉਹਦਾ ਨੰਬਰ ਲੱਗ ਗਿਆ ਉਹ ਫਿਰ ਉੱਥੇ ਚਲਾ ਗਿਆ ਹਾਂ ਅਮਤਾਬਚਨ ਦੇ ਮੂਹਰੇ ਬਹਿਣ ਦਾ ਮੌਕਾ ਮਿਲਿਆ ਵਾਹ ਉਹਨੇ ਕੁਝ ਕੁ ਸਵਾਲਾਂ ਦੇ ਉੱਤਰ ਦਿੱਤੇ ਬਾਹਲੇ ਤਾਂ ਨਹੀਂ ਸੀ ਆਉਂਦੇ ਉਹਦੇ ਸਵਾਲਾਂ ਦੇ ਉੱਤਰ ਪਰ ਇਹ ਆ ਵੀ ਭਾਈ ਉਹਨੇ ਸਵਾ 3 ਲੱਖ ਰੁਪਏ ਜਿੱਤ ਲਿਆ ਜੀ ਉਹ ਕਹਿੰਦਾ ਵੀ ਇਹ ਸਵਾ 3 ਲੱਖ ਨਹੀਂ ਮੇਰੇ ਲਈ ਸਵਾ 3 ਕਰੋੜ ਆ ਉੱਥੇ ਜਦੋਂ ਮੈਂ ਅਮਤਾਬਚਨ ਦੇ ਸਾਹਮਣੇ ਬੈਠਿਆ ਤਾਂ ਉਹਨਾਂ ਨੇ ਮੈਨੂੰ ਲੁਧਿਆਣੇ ਬਾਰੇ ਪੁੱਛਿਆ ਮੈਂ ਲੁਧਿਆਣੇ ਦੀ ਹੌਜਰੀ ਬਾਰੇ ਹੂੰ ਲੁਧਿਆਣੇ ਦੇ ਕਾਰੋਬਾਰ ਬਾਰੇ ਲੁਧਿਆਣੇ ਸ਼ਹਿਰ ਬਾਰੇ ਸਭ ਕੁਝ ਦੱਸਿਆ ਤੇ ਅਮਤਾਵਚਨ ਨੇ ਕਿਹਾ ਜੀ ਕਿ ਸਾਹਿਰ ਲੁਧਿਆਣਵੀ ਦੀਆਂ ਕਿਤਾਬਾਂ ਤਾਂ ਮੈਂ ਵੀ ਪੜਦਾ ਰਿਆ ਵਾਹ ਇਹ ਵੱਡੀ ਗੱਲ ਆ ਜੀ ਵੱਡੀ ਗੱਲ ਤੇ ਫਿਰ ਉਹ ਕਹਿੰਦਾ ਵੀ ਮੇਰੇ ਲਈ ਤਾਂ ਬਹੁਤ ਆਏ ਰੁਪਈਏ ਬਹੁਤ ਆਏ ਕੀ ਬੜਾ ਮੈਂ ਪਹੁੰਚਿਆ ਕਿੱਥੇ ਦੇਖੋ ਕਹਿੰਦਾ ਫਿਰ ਮੈਂ ਮਠਿਆਈ ਲੈ ਕੇ ਗਿਆ ਸੀ ਮੈਂ ਉਹ ਉਹ ਗੇਵਰ ਹੂੰ ਗੇਵਰ ਖਵਾ ਕੇ ਆਇਆ ਵਾਹ ਵਾਹ ਹੋਰ ਬੜਾ ਸਮਾਨ ਖਵਾ ਕੇ ਆਇਆ ਹੂੰ ਸੋ ਬੜੀ ਵਧੀਆ ਗੱਲ ਲੱਗੀ ਹੈ ਜੀ ਬਿਲਕੁਲ ਬੰਦੇ ਨੇ ਤੇ ਉਹਨੂੰ ਸਫਲਤਾ ਮਿਲੀ ਹੈ ਨਾਲੇ 23 ਸਾਲ ਦਾ ਸਮਾਂ ਕੋਈ ਥੋੜਾ ਨਹੀਂ ਹੁੰਦਾ ਟਹਿਣਾ ਸਾਹਿਬ ਇਹ ਬੰਦਾ ਇੱਕ ਦੋ ਵਾਰ ਜਦੋਂ ਹਾਰ ਜਵੇ ਨਾ ਪਿੱਛੇ ਰਹਿ ਜਵੇ ਬੰਦਾ ਕਹਿੰਦਾ ਛੱਡ ਪਰ ਇਹ ਲੋਕੀ ਟੀਚਰਾਂ ਕਰਨ ਲੱਗ ਜਾਂਦੇ ਆ ਵੀ ਕੀ ਗੱਲ ਹੁਣ ਮਤਲਬ ਕਿਦਾਂ ਨੰਬਰ ਨਹੀਂ ਲੱਗਿਆ ਪੁੱਛ ਪੁੱਛ ਕੇ ਲੋਕ ਬੰਦੇ ਨੂੰ ਬੰਦੇ ਦਾ ਬੁਰਾ ਹਾਲ ਕਰ ਦਿੰਦੇ ਆ ਪਰ ਫਿਰ ਵੀ ਇਹ ਸ਼ਖਸ ਲੱਗੇ ਰਹਿ ਲੱਗੇ ਰਹਿ ਲੱਗੇ ਰਹਿ ਔਰ ਬਹੁਤ ਚੰਗੀ ਗੱਲ ਉਸ ਤੱਕ ਪਹੁੰਚਣਾ ਹੀ ਬਹੁਤ ਵੱਡੀ ਗੱਲ ਤੇ ਇਹ ਜਾਣਕਾਰੀ ਸਾਂਝੀ ਕਰਨ ਦਾ ਮਕਸਦ ਇਹ ਆ ਵੀ ਜੇਕਰ ਉਹ 23 ਸਾਲ ਬਾਅਦ ਸਫਲ ਹੋ ਸਕਦਾ ਤੇ ਆਪਾਂ ਤਈਆਂ ਘੰਟਿਆਂ ਦੇ ਵਿੱਚ ਹੌਸਲਾ ਨਾ ਹਾਰਿਆ ਕਰਗੇ ਜੀ ਆਪਾਂ ਕਈ ਵਾਰੀ ਕਹਿੰਦੇ ਵੀ ਤਈਆਂ ਘੰਟਿਆਂ ਦੇ ਵਿੱਚ ਨਤੀਜਾ ਆ ਜਾਏ ਹੁਣ ਕਈ ਕਹਿੰਦੇ ਲਾ ਫੇਰ ਕੀ ਹੋ ਗਿਆ ਜਾ ਤਾਂ ਕੀ ਹੋ ਗਿਆ ਨਹੀਂ ਐਂ ਕੁਝ ਨਹੀਂ ਹੋਇਆ ਕਾ ਤੁਸੀਂ ਵੀ ਜਾਓ ਪਰ ਇੰਨੀ ਆਬਾਦੀ ਦੇ ਵਿੱਚੋਂ ਉੱਥੇ ਤੱਕ ਜਾਣਾ ਵੀ ਬਹੁਤ ਵੱਡੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਸੋ ਮਤਲਬ ਇਹ ਵੀ ਭਾਵੇਂ ਬੰਦਾ ਕੋਈ ਵੀ ਕੰਮ ਕਰਦਾ ਉਹ ਕਿਤੇ ਵੀ ਪਹੁੰਚ ਸਕਦਾ ਚੰਗੀ ਨੀਤ ਨਾਲ ਤੁਸੀਂ ਕੰਮ ਕਰੋ ਮਿਹਨਤ ਨਾਲ ਕਰੋ ਤੇ ਲਗਨ ਦੇ ਨਾਲ ਲੱਗੇ ਰਹੋ ਉਸ ਵਾਲੇ ਪਾਸੇ ਤੁਸੀਂ ਸਫਲਤਾ ਹਾਸਲ ਕਰਦੇ ਹੋ ਤੇ ਅਰਜੰਸੀਆ ਕਮਾਲ ਕਰਦੀ ਬਿਲਕੁਲ ਸਹੀ ਬੱਲੇ ਬੱਲੇ ਜੀ ਬਹੁਤ ਸੋਹਣੀ ਗੱਲ ਕੀਤੀ ਆਦੀ ਹਾਜ਼ਰ ਹੈ ਚੰਚੀ ਦਾ ਵਿੱਚ ਹਰਮਨ ਜੀ ਦਿਨ ਦੇ ਵਿੱਚ ਤੁਸੀਂ ਕਿੰਨੇ ਕ ਫੋਨ ਕਰਦੇ ਹੋ ਜਾਂ ਸੁਣਦੇ ਹੋ ਬਹੁਤ ਘੱਟ ਟੈਣਾ ਸਾਹਿਬ ਕਿੰਨੇ ਕ ਮਤਲਬ ਤੁਹਾਡਾ ਫੋਨ ਜਿਹੜਾ 24 ਘੰਟਿਆਂ ਦੇ ਵਿੱਚੋਂ ਤੁਸੀਂ 7-8 ਘੰਟੇ ਸੌਂਗੇ ਹੂੰ 7-8 ਘੰਟੇ ਕੰਮ ਕਰ ਲਿਆ ਮਤਲਬ 16 ਘੰਟੇ ਨਿਕਲ ਗਏ ਜੀ ਬਾਕੀ ਬਚੇ 8 ਘੰਟੇ ਹੂੰ ਉਹਨਾਂ 8 ਘੰਟਿਆਂ ਦੇ ਵਿੱਚ ਤੁਸੀਂ 4-5 ਘੰਟੇ ਫੋਨ ਸੁਣਦੇ ਹੋ ਨਹੀਂ 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 ਇੰਨਾ ਟਾਈਮ ਕਿਹਦੇ ਕੋਲ ਹਾਂ ਕੋਈ ਰੀਲਾ ਰੂਲਾ ਜਿਹਾ ਮੈਂ ਦੇ ਹੂੰ ਨਹੀਂ 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 ਟੈਣਾ ਸਾਹਿਬ ਮੈਨੂੰ ਲੱਗਦਾ ਨਹੀਂ ਉਹ ਟੈਣਾ ਜਿਹਾ ਕਰਕੇ ਐਂਜਾ ਕਰਕੇ ਜਿਹੜਾ ਅੱਜ ਕੱਲ ਚੱਲਦਾ ਹੁੰਦਾ ਉਹ ਮੂੰਹ ਦੀ ਪਤਕੀ ਬਣਾ ਕੇ ਨਹੀਂ 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 ਇਹੋ ਜਿਹਾ ਕੁਝ ਵੀ ਨਹੀਂ ਮੈਂ ਕਰਦੀ ਮੈਂ ਮੈਨੂੰ ਲੱਗਦਾ ਬਹੁਤ ਘੱਟ ਸਮਾਂ ਜੀ ਪਰ ਜਦੋਂ ਬੰਦਾ ਰੀਲਾਂਆਂ ਜੀਆਂ ਦੇਖਣ ਲੱਗ ਜਾਏ ਨਾ ਵੇਖਣੀ ਇੱਕ ਸਮੇਂ ਦਾ ਪਤਾ ਨਹੀਂ ਲੱਗਦਾ ਹਾਂ ਤੇ ਘੰਟਾ ਕਿਹੜੇ ਵੇਲੇ ਨਿਕਲ ਗਿਆ ਪਤਾ ਨਹੀਂ ਲੱਗਦਾ ਮੈਨੂੰ ਪਿੱਛੇ ਜੇ ਆਦਤ ਪੈ ਗਈ ਸੀ ਟਾਣਾ ਸਾਹਿਬ ਮੈਂ ਰੀਲਾਂ ਵੇਖਣੀਆਂ ਸ਼ੁਰੂ ਕਰਤੀਆਂ ਸੀ ਹਨਾ ਤੇ ਫਿਰ ਜਦੋਂ ਮੈਂ ਵੇਖਿਆ ਕਿ ਇਹ ਤਾਂ ਮੁੱਕਣੀਆਂ ਹੀ ਨਹੀਂ ਤੇ ਕੰਮ ਤਾਂ ਕਰਨੇ ਪੈਣੇ ਆ ਭਾਵੇਂ ਤੁਸੀਂ 3 ਘੰਟੇ ਦੇਖ ਲਓ ਤੇ ਭਾਵੇਂ 2 ਘੰਟੇ ਤੇ ਭਾਵੇਂ 15 ਮਿੰਟ ਤੇ ਭਾਵੇਂ 5 ਘੰਟੇ ਜਦੋਂ ਤੁਸੀਂ ਫੋਨ ਰੱਖਤਾ ਤੁਹਾਨੂੰ ਚੇਤੇ ਇੱਕ ਵੀ ਨਹੀਂ ਰਹਿਣੀ ਵੀ ਭਾਈ ਮੈਂ ਦੇਖੀ ਕਿਹੜੀ ਕਿਹੜੀ ਤੇ ਜਿਹੜੀ ਚੀਜ਼ ਚੇਤੇ ਦੇ ਵਿੱਚ ਜਮਾ ਹੀ ਨਹੀਂ ਹੁੰਦੀ ਮਤਲਬ ਉਹ ਫੇਤਲੀ ਆ ਹਾਂ ਬਿਲਕੁਲ ਮਤਲਬ ਹੁਣ ਵੀ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਫੋਨ ਜਮਾ ਹੀ ਨਹੀਂ ਵਰਤਦੀ ਬਿਲਕੁਕੁਲ ਹੀ ਨਹੀਂ ਵਰਤਦੀ ਇਦਾਂ ਦਾ ਵੀ ਕੁਝ ਨਹੀਂ ਆ ਵਰਤਦੀ ਆ ਲੋੜ ਮੁਤਾਬਕ ਵਰਤਦੀ ਆ ਆ ਰੀਲਾਂ ਰੁਲਾਂ ਕਿਤੇ ਟਾਈਮ ਲੱਗ ਜਵੇ ਤਾਂ 10-15 ਮਿੰਟ ਤੋਂ ਵੱਧ ਨਹੀਂ ਵੇਖਦੀ ਆ ਪਰ ਉਦਾਂ ਇਹ ਨਹੀਂ ਆ ਵੀ ਸਾਰਾ ਕੁਝ ਛੱਡ ਕੇ ਫੋਨ ਤੇ ਹੀ ਲੱਗੇ ਰਹੋ ਜਾਂ ਰੀਲਾਂ ਹੀ ਵੇਖੀ ਜਾਓ ਜਾਂ ਫੋਨ ਹੀ ਕਰੀ ਜਾਓ ਵੀ ਇੱਕ ਵਾਰ ਫੋਨ ਕਰ ਲਿਆ ਤਾਂ ਘੰਟਾ-ਘੰਟਾ ਡੇਢ-ਡੇਢ ਘੰਟਾ ਫੋਨ ਹੀ ਨਹੀਂ ਛੱਡਿਆ ਹਨਾ ਇਦਾਂ ਦਾ ਕੁਝ ਨਹੀਂ ਆ ਪਰ ਜੇਲ੍ਹ ਦੇ ਵਿੱਚ ਤਿੰਨ ਕੈਦੀ ਤੇ 43000 ਫੋਨ ਕਾਲ ਹਾਂਜੀ 43000 ਫੋਨ ਕਾਲਾਂ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਕੀਤੀਆਂ ਜੇਲ੍ਹ ਆ ਕਿ ਐਸਡੀ ਐਸਡੀ ਤੋਂ ਵੀ ਨਹੀਂ ਇੰਨੀਆਂ ਹੁੰਦੀਆਂ ਹੋਣੀਆਂ ਸਹੀ ਗੱਲ ਹੈ 43000 ਤਾਂ ਮਹੀਨੇ ਡੇਢ ਮਹੀਨੇ ਦੇ ਵਿੱਚ ਉਤੋਂ ਨਹੀਂ ਹੁੰਦੀਆਂ ਹੋਣੀਆਂ ਤੇ ਇਹਨਾਂ ਦੇ ਵਿੱਚ ਇੱਕ ਕੈਦੀਆ ਰਵੀ ਹੂੰ ਉਦੇ ਫੋਨ ਤੋਂ 38000 ਤੋਂ ਵੱਧ ਫੋਨ ਕੌਲਾ ਤੇ ਹਾਲੇ ਤਾਂ ਜੇਲਾਂ 'ਚ ਕਹਿੰਦੇ ਜੈਮਰ ਲਾਉਣੇ ਆ ਕਿ ਲੱਗੇ ਹੋਏ ਆ ਜੈਮਰ ਕਹਿੰਦੇ ਲੱਗੇ ਹੋਏ ਆ ਪਰ ਇਸ ਦੇ ਬਾਵਜੂਦ ਵੀ ਫੋਨ ਚੱਲੀ ਜਾਂਦੇ ਆ ਇਹੋ ਜਿਹੇ ਜੈਮਰ ਕੀ ਚੁੱਲੇ 'ਚ ਪਾਉਣੇ ਜਿਹੜੇ ਫੋਨ ਚਲਾਈ ਜਾਂਦੇ ਆ ਹਮ ਮੇਰਾ ਤਲਾਦਾ ਪਾਈਆ ਸਪੀਡ ਵਧਾਉਣ ਨੂੰ ਆ ਪਤਾ ਨਹੀਂ ਜਣਾ ਸਾ ਮੈਨੂੰ ਯਾਦ ਹੈ ਜਦੋਂ ਮੈਂ ਕਾਲਜ ਚ ਪੜ੍ਹਦੀ ਹੁੰਦੀ ਸੀ ਨਾ ਉਦੋਂ ਨਵਾਂ ਨਵਾਂ ਫੋਨ ਘਰਦਿਆਂ ਲੈ ਕੇ ਦਿੱਤਾ ਸੀ ਹਨਾ ਵੀ ਕਿਤੇ ਆਉਂਦੇ ਕਿਉਂਕਿ ਬੱਸ ਦੇ ਵਿੱਚ ਜਾਣਾ ਆਟੋ 'ਚ ਜਾਣਾ ਵੀ ਕਿਤੇ ਦੇਰ ਸਵੇਰ ਹੋ ਸਕਦੀ ਆਉਣ ਨੂੰ ਹਨਾ ਤੇ ਦੱਸ ਦੋ ਘਰੇ ਫੋਨ ਕਰਕੇ ਉਦੋਂ ਨਵੇਂ ਨਵੇਂ ਉਦੋਂ ਫੋਨ ਚਲਾਉਣ ਤੋਂ ਵੀ ਬੜਾ ਡਰ ਲੱਗਦਾ ਸੀ ਵੀ ਉਹਨੂੰ ਸਾਹਮ ਸਾਹ ਰੱਖਣਾ ਵੀ ਡੇਗਣਾ ਪਵੇ ਹਨਾ ਤੇ ਮੈਨੂੰ ਅਜੇ ਵੀ ਯਾਦ ਆ ਸੀ ਕਾਲਜ ਜਾਣਾ ਸਾਡੇ ਕਾਲਜ ਦੇ ਅੰਦਰ ਫੋਨ ਦਾ ਨੈਟਵਰਕ ਨਹੀਂ ਸੀ ਆਉਂਦਾ ਹੁੰਦਾ ਜਦੋਂ ਸੀ ਕਲਾਸ 'ਚ ਬਹਿ ਜਾਣਾ ਉੱਥੇ ਨੈੱਟਵਰਕ ਨਹੀਂ ਸੀ ਹੁੰਦਾ ਹੁੰਦਾ ਉਦੋਂ ਮੈਂ ਆਮੇ ਗੱਲ ਸੁਣੀ ਸੀ ਕਹਿੰਦੇ ਜੈਮਰ ਲੱਗੇ ਹੋਏ ਨੇ ਕਾਲਜ ਦੇ ਵਿੱਚ ਇਸ ਲਈ ਨਹੀਂ ਤੇ ਜੇ ਕਾਲਜ ਦੇ ਵਿੱਚ ਫੋਨ ਦਾ ਜਿਹੜਾ ਨੈੱਟਵਰਕ ਆ ਉਹ ਬੰਦ ਹੋ ਜਾਂਦਾ ਤਾਂ ਜੇਲਾਂ 'ਚ ਕਿਉਂ ਨਹੀਂ ਹੁੰਦਾ ਬਿਲਕੁਲ ਜੀ ਤੇ ਫਿਰੋਜ਼ਪੁਰ ਦੀ ਜੇਲ੍ਹ ਦੀ ਇਹ ਕਹਾਣੀ ਹੈ ਹੂੰ ਕਹਿੰਦੇ ਵੀ ਹੁਣ ਕਈ ਪੁਲਿਸ ਅਧਿਕਾਰੀ ਮੌਤਲ ਵੀ ਕੀਤੇ ਆ ਕਈਆਂ ਦੇ ਉੱਤੇ ਬੰਦੀ ਕਾਰਵਾਈ ਕਰ ਦਿੱਤੀ ਐ ਕਈਆਂ ਦੇ ਉੱਤੇ ਕਰਨੀ ਐ ਮਾਮਲਾ ਇਹ ਕਈ ਸਾਲ ਪੁਰਾਣਾ ਹੂੰ ਰਿਪੋਰਟ ਹੁਣ ਸਾਹਮਣੇ ਆਈ ਆ ਹੁਣ ਵਾਲੇ ਕਹਿਣਗੇ ਇਹ ਫੁਲਾਣਿਆਂ ਦੀ ਸਰਕਾਰ ਸੀ ਉਹ ਕਹਿਣਗੇ ਹੁਣ ਕਿਹੜਾ ਠੀ ਨਾ ਜੇਲਾਂ ਵਿੱਚ ਮਾਹੌਲ ਪਹਿਲਾਂ ਠੀਕ ਸੀ ਨਾ ਅੱਜ ਠੀਕ ਆ ਜੇਲਾਂ 'ਚ ਫੋਨ ਪਹਿਲਾਂ ਵੀ ਚੱਲਦੇ ਸੀ ਇਹ ਅੱਜ ਵੀ ਚੱਲਦੇ ਆ ਤੇ ਮੈਂ ਕਿਹਾ ਵੀ ਜੇਕਰ ਕੋਈ ਕੈਦੀ ਇੰਨੇ ਫੋਨ ਸੁਣਦਾ ਉਹ ਇਹ ਵੀ ਪਤਾ ਲੱਗਾ ਵੀ 2-3 ਤਸਕਰਾਂ ਨੇ ਆਪਦੀਆਂ ਵੋਟਿੰਗਾਂ ਦੇ ਖਾਤਿਆਂ ਦੇ ਵਿੱਚ 1 ਕਰੋੜ 35 ਲੱਖ ਰੁਪਏ ਵੀ ਪਾਇਆ ਜੇਲ੍ਹ 'ਚ ਜੇਲ੍ਹ ਦੇ ਵਿੱਚ ਬੈਠੀ ਆਪਦਾ ਲੈਣ ਦੇਣ ਕਰੀ ਜਾਂਦੇ ਆ ਕਿਉਂਕਿ ਅੰਦਰ ਬੈਠੇ ਤਸਕਰੀਬੀ ਹੋਵੇਂ ਚੱਲਦੀ ਆ ਨਸ਼ੇ ਦਾ ਕਾਰੋਬਾਰ ਵੀ ਹੋਵੇਂ ਚੱਲਦਾ ਫਰੋਤਿਆਂ ਦਾ ਸلسਲਾ ਵੀ ਹੋਵੇਂ ਚੱਲਦਾ ਉਹ ਤਾਂ ਫੋਨ ਕਰਕੇ ਅੰਦਰ ਉਹ ਹੀ ਕਹਿੰਦੇ ਵੀ ਫਲਾਣੇ ਅਕਾਊਂਟ ਦੇ ਵਿੱਚ ਇੰਨੇ ਪੈਸੇ ਪਾ ਦੇ ਕਮਾਲ ਤੇ ਭਾਈ ਇਹ ਦਫਤਰ ਹੈ ਜੇਲਾ ਨਹੀਂ ਕੋਈ ਕਿਰਾਇਆ ਨਹੀਂ ਇਹਨਾਂ ਦਫਤਰਾਂ ਦਾ ਰੋਟੀ ਮੁਫਤ ਦੀ ਹੈ ਬਿਲਕੁਲ ਸੁਰੱਖਿਆ ਮੁਫਤ ਦੀ ਹੈ ਜੀ ਤੁਹਾਨੂੰ ਇੱਥੇ ਕੋਈ ਕੁਝ ਕਹਿ ਵੀ ਨਹੀਂ ਸਕਦਾ ਹਨਾ ਤੇ ਫੋਨ ਤੁਸੀਂ ਵਰਤੀ ਜਾਓ ਤੇ ਕੰਮ ਆਪਣੇ ਕਰੀ ਜਾਓ ਤੇ ਠੀਕ ਆ ਉਹਦਾ ਕਹਿਣ ਨੂੰ ਇਹ ਜੇਲਾ ਨਹੀਂ ਸੁਧਾਰ ਕਰਨੇ ਤੇ ਇਦਾਂ ਸੁਧਾਰ ਹੋ ਕਿਵੇਂ ਜਾਓ ਮੈਨੂੰ ਤਾਂ ਲੱਗਦਾ ਨਹੀਂ ਭਾਈ ਹਾਲੇ ਤੱਕ ਹੋਇਆ ਜਾਂ ਹੋਣਾ ਜੀ ਪਤਾ ਨਹੀਂ ਉਹ ਕਿਹੜਾ ਦਿਨ ਆਊਗਾ ਜੇਲ੍ਹ ਦੇ ਵਿੱਚ ਬੰਦੇ ਨੂੰ ਕਿਉਂ ਛੱਡਿਆ ਜਾਂਦਾ ਹੂੰ ਵੀ ਉਹ ਸੁਧਰ ਕੇ ਬਾਹਰ ਆਉਂਦੀ ਹੈ ਵੀ ਉਹਨੇ ਗਲਤੀ ਕੀਤੀ ਉਹਨੂੰ ਗਲਤੀ ਦਾ ਪਛਤਾਵਾ ਹੋਵੇ ਦੁਨੀਆ ਨਾਲੋਂ ਕੱਟ ਕੇ ਉਹ ਰਹੇ ਜਦੋਂ ਅੰਤਰ ਧਿਆਨ ਹੋਊਗਾ ਉਹਨੂੰ ਪਤਾ ਲੱਗੂਗਾ ਉਹ ਕਿੱਥੇ ਇੱਕ ਗਲਤ ਸੀ ਤੇ ਉਸ ਹਿਸਾਬ ਨਾਲ ਉਹਦੇ ਅੰਦਰ ਸੁਧਾਰ ਹੋ ਕੇ ਤੇ ਫਿਰ ਉਹ ਬਾਹਰ ਆਊਗਾ ਤੇ ਅੱਜ ਕੱਲ ਬੰਦੇ ਦੇ ਨਾਲ ਜੁੜੇ ਰਹਿਣ ਵਾਸਤੇ ਬੰਦੇ ਦਾ ਬੰਦੇ ਨਾਲ ਜੁੜਿਆ ਰਹਿਣਾ ਇਹ ਫੋਨ ਤੇ ਨਿਰਭਰ ਆ ਤੇ ਫੋਨ ਅੰਦਰ ਚਲੀ ਜਾਂਦਾ ਦੁਨੀਆ ਨਾਲੋਂ ਤਾਂ ਕੱਟਿਆ ਹੀ ਨਹੀਂ ਗਿਆ ਤੇ ਵੈਸੇ ਵੀ ਟਹਿਣਾ ਸਭ ਘਰਾਂ ਦੇ ਵਿੱਚ ਤਾਂ ਲੋਕ ਵੈਸੇ ਜੇ ਇਸ ਹਿਸਾਬ ਨਾਲ ਆਪਾਂ ਵੇਖੀਏ ਤਾਂ ਘਰਾਂ ਵੀ ਲੋਕਾਂ ਦੀਆਂ ਫਿਰ ਜੇਲ੍ਹਾਂ ਹੀ ਹੋ ਹੈ ਗਈ ਆ ਤੇ ਫਿਰ ਜੇਲ੍ਹ ਤੇ ਘਰ ਚ ਕੋਈ ਖਾਸ ਅੰਤਰ ਤਾਂ ਨਹੀਂ ਬਿਲਕੁਲ ਸਹੀ ਆ ਵੀ ਹਾਜ਼ਰ ਹੈ ਚੰਚੀ ਦਾ ਵੀ ਚਾਹ ਹਰਮਨ ਜੀ ਕਹਿੰਦੇ ਵੀ 600 ਯੂਨਟ ਵਾਲੀ ਵਸੇ ਤਾਂ ਮੌਜੂਦ ਨਹੀਂ ਪਈ ਆ ਅੱਛਾਏ ਬੜੇ ਮੇਰੇ ਸੱਜਣ ਨੇ ਜਿਹੜੇ ਇਹ ਗੱਲ ਕਹਿੰਦੇ ਵੀ ਯਾਰ ਚਲੋ ਤੋਂ ਸਰਕਾਰ ਆਈ ਹੈ ਨਾ ਬਾਕੀ ਗੱਲਾਂ ਛੱਡੋ ਯਾਰ ਕਈ ਕੰਮ ਨਹੀਂ ਵੀ ਹੋਏ ਰਤੋ ਸਹੀ ਪਰ ਕਹਿੰਦੇ ਵੀ 600 ਯੂਨਟ ਮਾਫ ਕਰਕੇ ਨਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਮੈਂ ਵੀ ਕਹਿੰਦਾ ਤਾਂ ਜ਼ੀਰੋ ਆਉਂਦਾ ਨਾ ਜੀ ਮੈਂ ਵੀ ਕਹਿੰਿਆ ਤਾਂ ਸੁਣਿਆ ਟਾਣਾ ਸਾਹਿਬ ਜਿਨ੍ਹਾਂ ਦੇ ਬਿਜਲੀ ਦਾ ਬਿੱਲ ਜ਼ੀਰੋ ਆਏ ਨੇ ਹਾਂ ਉਹ ਬੜੇ ਖੁਸ਼ ਨੇ ਵੀ ਇਹ ਸਰਕਾਰ ਨੇ ਬਹੁਤ ਸੋਹਣਾ ਕੰਮ ਕੀਤਾ ਕਹਿੰਦੇ ਪਰ ਬੇਨਤੀ ਭਾਈ ਇਹ ਆ ਵੀ ਇਹਦੇ ਕਰਕੇ ਜਿਹੜਾ ਪਾਵਰ ਕਮ ਵਿਭਾਗ ਆ ਉਹਨੂੰ ਘਾਟਾ ਕਿੰਨਾ ਬਿਲਕੁਲ ਤੇ ਸਰਕਾਰਾਂ ਜਿਹੜੀਆਂ ਉਹ ਜਦੋਂ ਕੋਈ ਸਹੂਲਤ ਦਿੰਦੀਆਂ ਇੱਕ ਸਹੂਲਤ ਦੇ ਕੇ ਤੇ ਬਾਅਦ ਦੇ ਵਿੱਚ ਕਈ ਹੋਰ ਚੀਜ਼ਾਂ ਦੀ ਮਹਿੰਗਾਈ ਸਾਡੇ ਮੋਢੇ ਦੇ ਉੱਤੇ ਹੀ ਆਉਂਦੀ ਆ ਉਹ ਭਾਵੇਂ ਆਪਦੀ ਸਰਕਾਰ ਹੋਵੇ ਭਾਵੇਂ ਅਕਾਲੀ ਦਲ ਦੀ ਤੇ ਭਾਵੇਂ ਕਾਂਗਰਸ ਦੀ ਕਿਸੇ ਨੇ ਪਾਰਟੀ ਫੰਡ ਦੇ ਵਿੱਚੋਂ ਤਾਂ ਪੈਸੇ ਦੇਣੇ ਨਹੀਂ ਜਾਣੇ ਤਾਂ ਸਾਡੇ ਤੁਹਾਡੇ ਕੋਲ ਹੀ ਆ ਬਿਲਕੁਲ ਸੋ ਭਾਈ ਆਪਾਂ ਇਹ ਪੱਖ ਵੀ ਸੋਚ ਗਏ ਪਰ ਲੋਕਾਂ ਨੇ ਕਹਨੇ ਚੋਰੀ ਬੜੀ ਕਰਨੀ ਸ਼ੁਰੂ ਕਰਤੀ ਬਿਜਲੀ ਦੀ ਬਿਲਕੁਲ ਕਹਨੇ ਜਦੋਂ ਤੋਂ ਹੀ ਬਿਜਲੀ ਮੁਫਤ ਕੀਤੀ 600 ਯੂਨਟ ਦੋ ਮਹੀਨੇ ਲਈ ਸਭ ਨੂੰ ਤੇ ਕਹਨੇ ਲੋਕ 600 ਯੂਨਟ ਤੋਂ ਇੱਕ ਵੀ ਉੱਤੇ ਨਾ ਹੋ ਜੇ ਹਾਂ ਇਹਦੇ ਕਰਕੇ ਬਿਜਲੀ ਚੋਰੀ ਵਧਾ ਗਏ ਆ ਜੀ ਬਿਲਕੁਲ ਕਹਨੇ ਵੀ ਕਈ ਖੇਤਰ ਸਰਹੱਦੀ ਖੇਤਰ ਐਸੇ ਆ ਜਿੱਥੇ ਲੋਕਾਂ ਨੇ ਬਾਹਰ ਬਿਜਲੀ ਦੇ ਮੀਟਰ ਨਹੀਂ ਲਗੜ ਦਿੱਤੇ ਹੁਣ ਤਾਂ ਆਪਣੇ ਤਾਂ ਪਿੰਡਾਂ ਵੱਲ ਆਪਣੇ ਸ਼ਹਿਰਾਂ ਦੇ ਵੱਲ ਇੱਕ ਖੰਭੇ ਦੇ ਉੱਤੇ 10-10 ਮੀਟਰ ਟੰਗੇ ਆ ਜੀ ਘਰੋਂ ਬਾਹਰ ਹੋ ਗਏ ਨੇ ਮੀਟਰ ਬਿਲਕੁਲ ਉਹ ਉੱਥੇ ਹੀ ਦੇਖ ਕੇ ਤੇ ਘਰ ਹੁਣ ਵੀ ਛੁੱਟ ਕੇ ਜਾਂਦੇ ਜੀਰੋ ਵਾਲਾ ਛੁੱਟ ਕੇ ਜਾਂਦੇ ਆ ਪਰ ਉਥੇ ਘਰ ਦੇ ਵਿੱਚ ਹੀ ਆਲੇ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਆ ਉਹਨਾਂ ਨੇ ਮੀਟਰ ਨੂੰ ਰੋਕਣ ਦੇ ਲਈ 100-100 ਤਰੀਕੇ ਲੱਭੇ ਆ ਤੇ ਜਿਹਦੇ ਕਰਕੇ ਉਹ ਮੀਟਰ ਅੱਗੇ ਨਹੀਂ ਵਧਾਣ ਦੇਂਦੇ ਹੂੰ ਬਿੱਲ ਨਹੀਂ ਆਉਣਾ ਭਾਵੇਂ ਤੁਸੀਂ ਹੀਟਰ ਲਾਈ ਰੱਖੋ ਭਾਵੇਂ ਤੁਸੀਂ ਗੀਦਰ ਲਾਈ ਰੱਖੋ ਭਾਵੇਂ ਤੁਸੀਂ ਜੋ ਮਰਜ਼ੀ ਚਲਾਈ ਚੱਲੋ ਉਹ ਕਹਿੰਦੇ ਵੀ 600 ਯੂਨਟ ਤੋਂ ਅੱਗੇ ਨਹੀਂ ਵਧਣ ਦੇਣਾ ਕਹਿੰਦੇ ਵੀ 1000 ਕਰੋੜ ਰੁਪਏ ਦਾ ਰਕੜਾ ਲੱਗੀ ਜਾਂਦਾ ਨਹੀਂ ਇਹ ਤਾਂ ਗੱਲ ਸਹੀ ਹੈ ਟਾਣਾ ਸਾਹਿਬ ਵੀ ਇਹ ਬਿਜਲੀ ਵਿਭਾਗ ਨੂੰ ਪਾਵਰ ਕਾਮ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸਭ ਕੁਝ ਦਾ ਕਰਕੇ ਕਿ ਲੋਕ ਜਿਹੜੇ ਨੇ ਆਪਾਂ ਅੱਗੇ ਵੀ ਇੱਕ ਦਿਨ ਖਬਰ ਸਾਂਝੀ ਕੀਤੀ ਸੀ ਲੋਕਾਂ ਨੇ ਮੀਟਰ ਇੱਕ ਘਰ ਦੇ ਵਿੱਚ ਦੋ ਦੋ ਮੀਟਰ ਲਵਾਉਣੇ ਸ਼ੁਰੂ ਕਰਤੇ ਵੀ ਬਿਜਲੀ ਦਾ ਬਿੱਲ ਜਿਹੜਾ 600 ਯੂਨਿਟ ਤੋਂ ਅੱਗੇ ਨਾ ਵਧੇ ਹਨਾ ਕੋਈ ਕੁੰਡੀ ਲਾਈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਕੋਈ ਕੁਸ਼ ਕਰੀ ਜਾਂਦਾ ਇਹਦੇ ਨਾਲ ਸਿਰਫ ਤੇ ਸਿਰਫ ਨੁਕਸਾਨ ਹੋ ਰਿਹਾ ਫਾਇਦਾ ਤਾਂ ਨਹੀਂ ਹੋ ਰਿਹਾ ਕਿਸੇ ਦਾ ਵੀ ਆਪਾਂ ਅੱਗੇ ਵੀ ਇਹ ਗੱਲ ਕੀਤੀ ਸੀ ਉਸ ਦਿਨ ਬੱਸਾਂ ਨੂੰ ਲੈ ਕੇ ਵੀ ਮੁਫਤ ਸਫ਼ਰ ਆਪਾਂ ਸ਼ੁਰੂ ਕਰਤਾ ਪਰ ਇਹਦੇ ਨਾਲ ਜਿਹੜਾ ਸਾਡਾ ਟਰਾਂਸਪੋਰਟੇਸ਼ਨ ਵਿਭਾਗ ਆ ਆਵਾਜਾਈ ਦਾ ਜਿਹੜਾ ਵਿਭਾਗ ਆ ਸਾਡਾ ਜਿਹੜੀਆਂ ਸਾਡੀਆਂ ਬੱਸਾਂ ਨੇ ਇਹਨਾਂ ਨੂੰ ਕਿੰਨਾ ਨੁਕਸਾਨ ਹੋ ਰਿਹਾ ਇਹਦੇ ਬਾਬਤ ਤਾਂ ਕਿਸੇ ਦਾ ਧਿਆਨ ਨਹੀਂ ਹੈਗਾ ਉਦਾਂ ਹੀ ਬਿਜਲੀ ਵਿਭਾਗ ਦੇ ਨਾਲ ਆ ਵੀ ਇਹ ਪਾਵਰ ਕਾਮ ਨੂੰ ਕਿੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਇਹਦੇ ਬਾਰੇ ਤਾਂ ਕੋਈ ਨਹੀਂ ਸੋਚ ਰਿਆ ਨਾ ਪੰਜਾਬ 117 ਬੰਦਿਆਂ ਨੇ ਨਹੀਂ ਬਚਾਉਣਾ ਹੂੰ ਪੰਜਾਬ ਨੂੰ ਪੈਰਾਂ ਸਰ 117 ਬੰਦਿਆਂ ਨੇ ਨਹੀਂ ਕਰਨਾ ਹੂੰ ਉਹ ਕਾਂਗਰਸ ਦੇ ਹੋਣ ਭਾਵੇਂ ਆਪ ਦੇ ਹੋਣ ਭਾਵੇਂ ਭਾਜੀਪੀ ਦੇ ਭਾਵੇਂ ਅਕਾਲੀ ਦਲ ਦੇ ਕਿਸੇ ਵੀ ਪਾਰਟੀ ਦੇ ਹੋਣ ਪੰਜਾਬ ਨੂੰ ਸਮੁੱਚੇ ਪੰਜਾਬੀਆਂ ਨੇ ਪੈਰਾਂ ਸਰ ਖੜੇ ਕਰਨਾ ਤੇ ਪਹਿਲਾਂ ਸਾਨੂੰ ਆਪਣੀਆਂ ਗਲਤੀਆਂ ਆਪਣੀਆਂ ਚੋਰੀਆਂ ਪਛਾਨਣੀਆਂ ਪੈਣਗੀਆਂ ਵੀ ਮੈਂ ਕਿੰਨਾ ਕੁ ਚੰਗਾ ਪਹਿਲਾਂ ਮੈਨੂੰ ਸੋਚਣਾ ਪਊਗਾ ਮੇਰੀ ਕੀ ਦੇਣਾ ਪੰਜਾਬ ਨੂੰ ਪੰਜਾਬੀਆਂ ਨੂੰ ਇਸ ਸਮਾਜ ਨੂੰ ਆਪਣੇ ਆਲ ਦਵਾਲ ਨੂੰ ਆਪਣੇ ਘਰ ਨੂੰ ਇਹ ਸੋਚਣਾ ਪਊਗਾ ਫਿਰ ਅਸੀਂ ਕਿਸੇ ਚ ਨੌਕਾ ਕਰ ਸਕਦੇ ਰੋਟੀ ਖਾਦੀ ਢਿੱਡ ਤੇ ਫਿਰ ਹੱਥ ਸੌਂਗੇ ਤੜਕੇ ਉੱਠ ਕੇ ਨਾ ਕੇ ਫਿਰ ਆਪਦਾ ਕੰਮ ਕਰ ਲੈ ਰੋਟੀ ਖਾਦੀ ਢਿੱਡ ਤੇ ਹੱਥ ਫੇਰਿਆ ਫਿਰ ਸੌਂਗੇ ਇਹ ਪੰਜਾਬ ਬਚਾਉਣ ਦਾ ਤਰੀਕਾ ਤਾਂ ਨਹੀਂ ਤੇ ਨਾਲੇ ਕੁੰਡੀ ਲਾ ਲਈ ਤੇ ਮੁਫਤ ਦੇ ਵਿੱਚ ਆਪਾਂ ਆ ਭਾਲਦੇ ਆ ਤਾਂ ਉਹ ਭਾਲਦੇ ਆ ਇਹਦੇ ਨਾਲ ਵੀ ਪੰਜਾਬ ਨਹੀਂ ਬਚੂਗਾ ਬਿਲਕੁਲ ਪੰਜਾਬ ਸਾਡਾ ਤੁਹਾਡਾ ਘਰ ਹੈ ਸਾਨੂੰ ਸਾਰਿਆਂ ਨੂੰ ਫਿਕਰ ਕਰਨਾ ਪਊਗਾ ਅਸੀਂ ਚੰਗੇ ਹੋਈਏ ਤਾਂ ਚੰਗਿਆਂ ਨੂੰ ਚੁਣਾਂਗੇ ਬਿਲਕੁਲ ਸਹੀ ਚਲਿਏ ਟਾਣਾ ਸਾਹਿਬ ਬਿਲਕੁਲ ਜਾਣਦਾ ਹੋ ਗਿਆ ਵਿਲਾ ਜੀ ਆਪਣੀ ਪ੍ਰਤੀਕ ਰਜੂਰ ਸੜਤੇ ਪਹਚਾਇਓ ਦੋ ਬੰਦੇ ਇਜਾਜ਼ਤ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਅਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਤੁਹਾਡੀ ਹਾਜ਼ਰ ਹੈ ਜੰਝਦਾ ਮੀਚਾ